ਅਟਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਭਾਈ ਬਾਲਾ ਜੀ ਦੇ ਮਨ ਦਾ ਭੁਲੇਖਾ ਦੂਰ ਹੋ ਗਿਆ। ਗੁਰੂ ਅੰਗਦ ਦੇਵ ਮਹਾਰਾਜ ਬੈਠੇ ਆਸਣ ਤੇ, ਕਹਿੰਦੇ ਭਾਈ ਬਾਲਾ ਜੀ ਆਓ ਸਾਡੇ ਬਰਾਬਰ ਬੈਠੋ ਆਸਣ ਤੇ। ਉਹ ਬੈਠਿਆ ਹੀ ਨਾ ਜਾਵੇ, ਬੈਠਿਆ ਹੀ ਨਾ ਜਾਵੇ, ਇੰਨੇ ਤੇਜ਼ ਤਪ ਤੇ ਹੁਣ ਕੌਣ ਬੈਠੇ। ਉਸ ਵੇਲੇ ਚਰਨ ਫੜ ਲਏ, ਮਹਾਰਾਜ ਮੇਰੇ ਮਨ ਵਿੱਚ ਭਰਮ ਪੈ ਗਿਆ ਸੀ, ਮੈਨੂੰ ਭੁਲੇਖਾ ਲੱਗ ਗਿਆ, ਇਹਦੇ ਯੋਗ ਤੇ ਤੁਸੀਂ ਜੇ, ਇਹ ਗੁਰਗੱਦੀ ਦੇ ਯੋਗ ਤੁਸੀਂ ਜੇ। ਸਾਧ ਸੰਗਤ, ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਤੁਸੀਂ ਅੱਜ ਦਰਸ਼ਨ ਦਿੱਤਾ, ਤੁਸੀਂ ਸਾਰੀ ਜ਼ਿੰਦਗੀ ਮੇਰੇ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ, ਤੁਸੀਂ ਤੇ ਭਾਈ ਮਰਦਾਨਾ, ਸੁਣਾਓ ਕੋਈ ਕਥਾ ਵਾਰਤਾ, ਮੇਰੇ ਗੁਰੂ ਨਾਨਕ ਸਾਹਿਬ ਦੀ ਕੋਈ ਸਾਖੀ ਸੁਣਾਓ। ਹੁਣ ਜਿਹਦਾ ਪਿਆਰ ਹੋਵੇ ਜਿਹਦੇ ਨਾਲ, ਉਹਦੀ ਗੱਲ ਸੁਣਾਈਏ, ਭਾਵੇਂ ਕੋਈ ਹੋਵੇ, ਉਹਦੀਆਂ ਗੱਲਾਂ ਸੁਣ ਸੁਣ ਕੇ ਫਿਰ ਰੱਜ ਨਹੀਂ ਆਉਂਦਾ ਵੀ ਸੁਣਾ ਤਾਂ ਸਹੀ। ਜਿਹਦੇ ਨਾਲ ਪਿਆਰ ਹੋਵੇ ਉਹਦੀ ਕੋਈ ਗੱਲ ਸੁਣਾਵੇ ਤਾਂ ਬੜਾ ਮਨ ਨੂੰ ਚਾਅ ਹੁੰਦਾ, ਬੜੀ ਖੁਸ਼ੀ ਹੁੰਦੀ, ਜਿਹਦੇ ਨਾਲ ਪਿਆਰ ਹੋਵੇ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਸੁਣਾਓ ਕੋਈ ਕਥਾ। ਭਾਈ ਬਾਲਾ ਰੋਣ ਲੱਗ ਪਏ, ਮਨ ਵਿੱਚ ਵਿਰਾਗ ਆ ਗਿਆ, ਤਾਂ ਹਾਂ ਮਾਰਨ ਲੱਗ ਪਏ, ਇੱਕ ਤਾਂ ਵਿਛੋੜਾ ਪਿਆ ਸੀ ਤੇ ਸਾਧ ਸੰਗਤ, ਦੂਸਰਾ ਕਹਿ ਹੋ ਗਿਆ ਵੀ ਅਸੀਂ ਬਾਲੀ ਵਾਰਸੀ ਗੁਰਗੱਦੀ ਦੇ, ਮਨ ਵਿੱਚ ਵਿਰਾਗ ਆ ਗਿਆ, ਰੋਣ ਲੱਗ ਪਏ ਭਾਈ ਬਾਲਾ ਜੀ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਸੁਣਾਉਣੀ ਨਹੀਂ ਗੱਲ ਮੇਰੇ ਗੁਰੂ ਨਾਨਕ ਸਾਹਿਬ ਦੀ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਮੈਂ ਆਪਣਾ ਸੀਸ ਕੱਟ ਕੇ ਮੂੜਾ ਬਣਾ ਕੇ ਭੁੰਜੇ ਰੱਖ ਦਿਆਂ, ਉਹ ਮੂੜੇ ਦੇ ਉੱਤੇ ਤੂੰ ਬੈਠ ਕੇ ਮੇਰੇ ਗੁਰੂ ਨਾਨਕ ਦੀਆਂ ਮੈਨੂੰ ਗੱਲਾਂ ਸੁਣਾ, ਫਿਰ ਤਾਂ ਸੁਣਾਵੇਂ ਗੱਲ। ਇਹਨੂੰ ਪਿਆਰ ਕਹਿੰਦੇ ਨੇ। ਕਹਿੰਦੇ ਮੈਂ ਆਪਣੇ ਸਿਰ ਨੂੰ ਸਿਰ ਆਪਣਾ ਸੀਸ ਕੱਟ ਕੇ ਮੂੜਾ ਬਣਾ ਕੇ ਰੱਖ ਦਿੰਦਾ ਭੁੰਜੇ ਧਰਤੀ 'ਤੇ, ਭਾਈ ਵਾਲਿਆ ਉੱਤੇ ਬਹਿ ਜਾ ਮੂੜੇ ਦੇ, ਫਿਰ ਤਾਂ ਗੱਲ ਸੁਣਾਵੇਂਗਾ ਗੁਰੂ ਨਾਨਕ। ਉਹ ਫਿਰ ਤਾਂ ਸੁਣਾਵੇਂਗਾ ਈ, ਸੀਸ ਵੱਡੇ ਘਰ ਵੈਸਣ ਦੀ ਜੈ ਬਿਣ ਸਰ ਸੇਵ ਕਰੀ ਜੈ, ਕਿੱਥੋਂ ਮਿਲੇਗਾ ਐਸਾ ਪਿਆਰਾ। ਉਹ ਸੀਸ ਵੱਡ ਕੇ ਬਣਾ ਦਿਆ ਮੂੜਾ, ਉਹ ਗੱਲਾਂ ਜੋ ਸੁਣਾਵੇ ਤੇਰੀਆਂ, ਸੀਸ ਵੱਡ ਕੇ ਬਣਾ ਦਿਆ ਮੂੜਾ, ਉਹ ਗੱਲਾਂ ਜੋ ਸੁਣਾਵੇ ਤੇਰੀਆਂ। ਸੀਸ ਫੜ ਕੇ ਬਣਾ ਦੇਵਾ ਮੂੜਾ, ਉਹ ਗੱਲਾਂ ਜੋ ਸੁਣਾਵੇ ਪ੍ਰੀਤਮਾ। ਭਾਈ ਵਾਲਿਆ ਸੁਣਾਵੇਗਾ ਫਿਰ, ਮਹਾਰਾਜ ਸੁਣਾ ਦਿੰਦਾ ਕੋਈ ਗੱਲ। ਹੁਣ ਭਾਈ ਵਾਲਾ ਜੀ ਕਥਾ ਸੁਣਾਉਣ ਲੱਗੇ ਨੇ, ਕਹਿੰਦਾ ਮਹਾਰਾਜ ਉਹ ਟੈਲੀਵਿਜ਼ਨ ਬੰਦ ਕਰ ਦਿਓ ਹੁਣ, ਤੇ ਸਾਧ ਸੰਗਤ
ਭਾਈ ਵਾਲਾ ਕਥਾ ਸੁਣਨ ਲੱਗਿਆ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਕਹਿੰਦਾ ਮਹਾਰਾਜ ਜੀ ਮੈਂ ਤਾਂ ਕਲਿਆਣ ਦਾਸ ਪਿਤਾ ਜੀ ਕਹਿਣ ਲੱਗੇ, ਮੈਨੂੰ ਕਹਿੰਦੇ ਭਾਈ ਵਾਲਿਆ ਆਹ ਲੈ ਫੜ 20 ਰੁਪਈਏ। ਨਾਨਕ ਤੇ ਅਜੇ ਨਿਆਣਾ, ਉਹਨੂੰ ਇੰਨੀ ਸਮਝ ਨਹੀਂ, ਉਹਨੂੰ ਪਤਾ ਨਹੀਂ, ਉਹਨੂੰ ਨਾਲ ਲੈ ਜਾ ਕੋਈ ਸੱਚਾ ਸੌਦਾ ਕਰਕੇ ਆਉਣਾ ਜਿਹਦੇ ਵਿੱਚੋਂ ਨਫ਼ਾ ਹੋਵੇ, ਕੋਈ ਨਫ਼ਾ ਹੋਵੇ। ਕਹਿੰਦਾ ਜੀ ਮੈਂ ਤੇ ਗੁਰੂ ਨਾਨਕ ਸਾਹਿਬ ਚੱਲ ਪਿਆ ਸੀ, ਜਦੋਂ ਕੋਈ ਤਲਵੰਡੀ ਨਗਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਗਏ, 10 ਕੋਹ 'ਤੇ ਗਏ, ਉੱਥੇ ਜੰਗਲ ਸੀ ਅਤੇ ਉੱਥੇ ਸੰਤਾਂ ਦੀ ਕੁਟੀਆ ਸੀ, ਸੰਤਾਂ ਦੀ ਮੰਡਲੀ ਸੀ, ਬੈਠੇ ਬੰਦਗੀ ਕਰਦੇ ਸੀ ਸਾਧੂ। ਅਤੇ ਗੁਰੂ ਨਾਨਕ ਮਹਾਰਾਜ ਜੀ ਮੈਨੂੰ ਕਹਿਣ ਲੱਗੇ ਭਾਈ ਵਾਲਿਆ ਇਹ ਜਿਹੜੇ 20 ਰੁਪਈਏ ਆਪਾਂ ਨੂੰ ਪਿਤਾ ਜੀ ਨੇ ਦਿੱਤੇ ਨੇ, ਇਹਨਾਂ ਦਾ ਭੋਜਨ ਛਕਾ ਦਈਏ ਆਪਾਂ ਸੰਤਾਂ ਨੂੰ। ਉਹ ਭਾਈ ਵਾਲਾ ਕਹਿੰਦਾ ਜੀ ਮੈਂ ਨਹੀਂ ਇਹ ਗੱਲ ਕਹਿ ਸਕਦਾ, ਵੀ ਜੇ ਪਿਤਾ ਜੀ ਗੁੱਸੇ ਹੋਏ ਤਾਂ ਮੈਂ ਨਹੀਂ ਇਸ ਗੱਲ ਵਿੱਚ ਦਖਲ ਦੇਣਾ। ਉਹਨੂੰ ਪਤਾ ਸੀ ਭਾਈ ਮੈਂ ਤਾਂ ਕਲਿਆਣ ਦਾਸ ਪਿਤਾ ਜੀ ਦਾ ਸੁਭਾਅ ਬੜਾ ਕੌੜਾ। ਕਹਿੰਦੇ ਭਾਈ ਵਾਲਾ ਆਪਾਂ ਨੂੰ ਪਿਤਾ ਜੀ ਨੇ ਸੱਚਾ ਸੌਦਾ ਕਰਨ ਵਾਸਤੇ ਭੇਜਿਆ, ਰੱਬ ਦੇ ਪਿਆਰਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਭੋਜਨ ਛਕਾ ਦਈਏ, ਉਹ ਇਹਦੇ ਨਾਲ ਹੋਰ ਸੱਚਾ ਸੌਦਾ ਕਿਹੜਾ ਹੋ ਸਕਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਅੱਜ ਤੁਹਾਨੂੰ ਮਾਲਾਂ ਵਾਲਿਆਂ ਨੂੰ, ਪਿੰਡ ਮਾਲਾਂ ਵਾਲਿਆਂ ਨੂੰ ਚਾਹ ਚੜ ਗਿਆ, ਉਹ ਸਾਡੇ ਸੰਗ ਸਾਡੇ ਨਗਰ ਵਿੱਚ ਸਤਸੰਗ ਹੋਵੇ, ਗੁਰੂ ਦੀਆਂ ਸੰਗਤਾਂ ਆਉਣਗੀਆਂ, ਚਰਨ ਪੈਣਗੇ, ਗੁਰੂ ਕਾ ਲੰਗਰ ਚੱਲਦਾ, ਇਹ ਤੋਂ ਪਰੇ ਸੱਚਾ ਸੌਦਾ ਹੋਰ ਕਿਹੜਾ ਕਰਨਾ। ਸਾਧ ਸੰਗਤ ਚਲੋ 20 ਰੁਪਈਆਂ ਦੀ ਉਹ ਲੈਣ ਦੀ ਰਸਦ ਲਿਆ ਕੇ ਸੰਤਾਂ ਨੂੰ ਛਕਾ ਦਿੱਤੀ। ਮਹਾਰਾਜ ਨੇ ਆਪਣੇ ਹੱਥੀਂ ਭੋਜਨ ਛਕਾਇਆ। ਜਿਹੜੇ ਮੁਖੀ ਸੰਤ ਸੀ ਬਹੁਤ ਬੰਦਗੀ ਵਾਲੇ ਸੀ, ਉਹ ਕਹਿੰਦੇ ਬੇਟਾ ਅਸੀਂ ਪ੍ਰਸ਼ਾਦਾ ਛਕ ਲਿਆ, ਤੂੰ ਹੁਣ ਆਪਣੇ ਘਰ ਨੂੰ ਜਾ। ਹੱਥ ਜੋੜ ਦਿੱਤੇ ਸਾਧੂ ਨੇ ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਭਾਈ ਵਾਲਾ ਜੀ ਚਲੇ ਗਏ। ਉਹ ਜਿਹੜੀ ਮੰਡਲੀ ਸੀ ਸੰਤਾਂ ਦੀ, ਉਹ ਆਪਣੇ ਮਹਾਤਮਾ ਗੁਰੂ ਨੂੰ ਕਹਿਣ ਲੱਗੇ ਮਹਾਰਾਜ ਉਹ ਬੱਚਾ ਇੰਨਾ ਪਿਆਰਾ ਸੀ, ਸਾਡਾ ਤਾਂ ਮਨ ਮੋਹ ਲਿਆ ਉਹਨੇ ਉਹਦਾ ਦਰਸ਼ਨ ਕਰਕੇ, ਉਹ ਇੰਨੇ ਪਿਆਰ ਦੇ ਨਾਲ ਆਪਾਂ ਨੂੰ ਉਹਨੇ ਭੋਜਨ ਸਿਖਾਇਆ, ਤੁਸੀਂ ਐਡੀ ਕਾਹਲ ਕਿਉਂ ਕੀਤੀ, ਭੇਜ ਕਿਉਂ ਦਿੱਤਾ। ਉਹ ਮਹਾਤਮਾ ਕਹਿੰਦਾ ਉਹ ਗੱਲ ਸੱਚੀ ਹੋਈ ਪੁੱਛਣੀ ਤੁਸੀਂ। ਕਹਿੰਦਾ ਉਹ ਮੈਂ ਇਸ ਕਰਕੇ ਭੇਜ ਦਿੱਤਾ, ਉਹ ਸ੍ਰਿਸ਼ਟੀ ਦਾ ਮਾਲਕ ਹੈ ਰੱਬ ਜਿਹੜਾ ਵਾਹਿਗੁਰੂ, ਉਹੀ ਹੈ। ਉਹ ਸਾਧੂ ਕਹਿੰਦੇ ਜੀ ਹੋਰ ਦਰਸ਼ਨ ਕਰ ਲੈਂਦੇ, ਇੰਨੀ ਛੇਤੀ ਕਾਹਨੂੰ ਭੇਜ ਦਿੱਤਾ। ਉਹ ਸੰਤ ਕਹਿੰਦਾ ਉਹ ਮੈਨੂੰ ਸ਼ਰਮ ਆਉਂਦੀ ਸੀ ਮੇਰੇ ਸਾਹਮਣੇ ਜਦੋਂ ਖੜਾ ਸੀ, ਇਹ ਰੱਬ ਪਰਮੇਸ਼ਰ ਆਪ ਸਾਨੂੰ ਪ੍ਰਸ਼ਾਦਾ ਸਿਖਾਈ ਜਾਂਦਾ ਆਪਣੇ ਹੱਥੀਂ। ਕਹਿੰਦੇ ਜੀ ਇੰਨੀ ਕਿਉਂ ਕੀਤੀ, ਭੇਜ ਕਿਉਂ ਦਿੱਤਾ ਇੰਨੀ ਛੇਤੀ। ਉਹ ਮੁਖੀ ਸਾਧੂ ਕਹਿਣ ਲੱਗਿਆ ਮੈਂ ਇਸ ਕਰਕੇ ਭੇਜ ਦਿੱਤਾ, ਤੁਸੀਂ ਸੂਰਜ ਵੱਲ ਨੂੰ ਮੂੰਹ ਕਰੋ, ਕਰ ਲਓਗੇ ਆਪਣਾ। ਕਹਿੰਦੇ ਨਹੀਂ ਜੀ। ਕਹਿੰਦਾ ਫਿਰ ਮੈਂ ਕਿਵੇਂ ਕਰਦਾ, ਉਹ ਪਰਮੇਸ਼ਰ ਮੇਰੇ ਸਾਹਮਣੇ ਖੜਾ ਸੀ, ਮੇਰੇ ਤੋਂ ਝੱਲਿਆ ਨਹੀਂ ਗਿਆ। ਕਹਿੰਦੇ ਕੀ ਉਹ ਮੈਥੋਂ ਤੇਜ ਨਹੀਂ ਗਿਆ, ਉਹ ਨਾ ਚੱਲਿਆ, ਉਹ ਸਾਹਮਣੇ ਮੇਰਾ ਪੂਜੀ ਖੜਾ, ਮੈਥੋਂ ਤੇਜ ਨਹੀਂ ਗਿਆ, ਉਹ ਨਾ ਚੱਲਿਆ, ਉਹ ਸਾਹਮਣੇ ਮੇਰਾ ਪੂਜੀ ਖੜਾ। ਮੋੜਿਆ
ਚੱਲਣੀ ਗਿਆ ਵਈਓ ਨਾ ਚੱਲਿਆ ਤਾਈਓ ਤਾਵੇ ਮੈਥੋਂ ਸੇਜਣੀ ਗਿਆ ਓ ਨਾ ਚੱਲਿਆ ਵਈ ਮੈਂ ਮੋੜ ਦਿੱਤਾ ਮੈਥੋਂ ਤੇਜ ਨਹੀਂ ਸੀ ਚੱਲ ਹੁੰਦਾ ਮੈਂ ਬੇਨਤੀ ਕਰ ਦਿੱਤੀ ਮਹਾਰਾਜ ਘਰ ਨੂੰ ਜਾਓ ਸਾਧ ਸੰਗਤ ਭਾਈ ਬਾਲਾ ਕਹਿੰਦਾ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਹੁਣ ਕਥਾ ਸੁਣਾਉਂਦਾ ਕਹਿੰਦਾ ਮਹਾਰਾਜ ਮੈਂ ਤੇ ਗੁਰੂ ਨਾਨਕ ਸਾਹਿਬ ਫਿਰ ਆ ਗਏ ਘਰ ਨੂੰ ਤਲਵੰਡੀ ਨੂੰ ਵਾਪਸ ਹੁਣ ਮੈਂ ਤਾਂ ਕਲਿਆਣ ਦਾਸ ਜੀ ਤੋਂ ਡਰਦਾ ਆਪਣੇ ਘਰ ਨੂੰ ਭੱਜ ਗਿਆ ਤੇ ਗੁੱਸੇ ਹੋਣਗੇ 20 ਰੁਪਈਏ ਕਿੱਥੇ ਲਾ ਕੇ ਆਏ ਹੈ ਤੇ ਗੁਰੂ ਨਾਨਕ ਸਾਹਿਬ ਪਿੰਡ ਤੋਂ ਬਾਹਰ ਬਹਿ ਗਏ ਉਹ ਵੀ ਹੁਣ ਘਰ ਨੂੰ ਨਹੀਂ ਗਏ ਪਤਾ ਸੀ ਪਿਤਾ ਜੀ ਗੁੱਸੇ ਆਉਣਗੇ ਜਿਸ ਵੇਲੇ ਭਾਈ ਬਾਲਾ ਕਹਿੰਦਾ ਮੈਂ ਘਰ ਗਿਆ ਤੇ ਮਹਿਤਾ ਜੀ ਨੂੰ ਪਤਾ ਲੱਗ ਗਿਆ ਉਹਨਾਂ ਨੇ ਸੁਨੇਹਾ ਭੇਜ ਕੇ ਮੈਨੂੰ ਬੁਲਾਇਆ ਕਹਿੰਦੇ ਭਾਈ ਬਾਲਿਆ ਉਹ ਨਾਨਕ ਨੂੰ ਤੇਰੇ ਨਾਲ ਭੇਜਿਆ ਸੀ ਤੂੰ ਇਕੱਲਾ ਹੀ ਆ ਗਿਆ ਕਿੱਥੇ ਛੱਡ ਆਇਆ ਉਹਨੂੰ ਕਹਿੰਦਾ ਜੀ ਪਿੰਡ 'ਚੋਂ ਬਾਹਰ ਬੈਠੇ ਨੇ ਕਹਿੰਦੇ ਜਿਹੜੇ 20 ਰੁਪਈਏ ਦਿੱਤੇ ਸੀ ਕੀ ਲਿਆਂਦਾ ਸੱਚਾ ਸੌਦਾ ਕੀਤਾ ਕੋਈ ਭਾਈ ਬਾਲਾ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਈ ਉਹ ਨਾਨਕ ਜੀ ਕਹਿਣ ਲੱਗੇ ਸਾਧੂਆਂ ਨੂੰ ਭੋਜਨ ਛਕਾ ਦੇਣਾ ਹੈ ਇਹਨਾਂ ਪੈਸਿਆਂ ਦਾ ਕਹਿੰਦੇ ਭਾਈ ਬਾਲਿਆ ਮੈਂ ਤੈਨੂੰ ਬੜਾ ਸਮਝਾਇਆ ਸੀ ਉਹ ਸਾਡਾ ਨਾਨਕ ਤਾਂ ਹੈਗਾ ਕਮਲਾ ਜਿਹੋ ਜਿਹਾ ਤੇਰੀ ਵੀ ਮਤ ਮਾਰੀ ਗਈ ਉਹ ਇੰਨਾ ਨੁਕਸਾਨ ਕਰ ਦਿੱਤਾ ਗੁੱਸਾ ਚੜ ਗਿਆ ਕ੍ਰੋਧ ਚੜ ਗਿਆ ਕਹਿੰਦਾ ਹੁਣ ਮੈਨੂੰ ਦੱਸਦੇ ਹੈ ਕਿੱਥੇ ਬੈਠਾ ਉਹ ਪਿਓ ਨੂੰ ਜਦੋਂ ਗੁੱਸਾ ਚੜ੍ਹਦਾ ਫਿਰ ਪ੍ਰਾਣੀ ਲੈ ਕੇ ਭੱਜ ਪੈਂਦਾ ਪਿੱਛੇ ਕਹਿੰਦਾ ਦੱਸਦੇ ਮੈਨੂੰ ਹੁਣ ਹੈ ਕਿੱਥੇ ਬੈਠਾ ਕਹਿੰਦਾ ਜੀ ਪਿੰਡ 'ਚੋਂ ਬਾਹਰ ਬੈਠੇ ਨੇ ਭੱਜ ਪਏ ਮੈਂ ਤਾਂ ਕਲਿਆਣ ਦਾ ਜੀ ਕ੍ਰੋਧ ਚੜ੍ਹ ਗਿਆ ਇਹੋ ਜਿਹਾ ਨਿਕੰਮਾ ਮੇਰੇ ਘਰ ਪੁੱਤਰ ਆ ਗਿਆ ਮੇਰੇ ਘਰ ਨੂੰ ਉਜਾੜ ਦਿੱਤਾ ਜੇ ਕਿਸੇ ਪਾਸੇ ਕੰਮ ਕਰਨ ਭੇਜਦਾ ਉਹ ਮੱਝਾਂ ਗਾਈਆਂ ਚਾਰਨ ਭੇਜਿਆ ਲੋਕਾਂ ਦੀਆਂ ਫਸਲਾਂ ਉਜਾੜ ਦਿੰਦਾ ਜਿੱਧਰ ਵੀ ਭੇਜਦਾ ਅਲਾਂਬੇ ਲੈ ਕੇ ਆਉਂਦਾ ਕੋਈ ਕੰਮ ਨਹੀਂ ਕਰਦਾ ਕਿਸੇ ਪਾਸੇ ਭੱਜੇ ਜਾਂਦੇ ਨੇ ਮੈਂ ਤਾਂ ਕਲਿਆਣ ਦਾਸ ਜੀ ਪਿੱਛੇ ਪਿੱਛੇ ਮਾਤਾ ਜੀ ਭੱਜ ਪਏ ਅਤੇ ਬੇਬੇ ਨਾਨਕੀ ਭੈਣ ਸੀ ਵੱਡੀ ਗੁਰੂ ਨਾਨਕ ਸਾਹਿਬ ਦੀ ਉਹਨੂੰ ਪਤਾ ਸੀ ਮੇਰਾ ਵੀਰ ਨਾਨਕ ਰੱਬ ਹੈ ਅਤੇ ਮੇਰੇ ਪਿਤਾ ਨੂੰ ਇਸ ਗੱਲ ਦਾ ਪਤਾ ਨਹੀਂ ਸਮਝ ਨਹੀਂ ਓਹੋ ਮੈਂ ਤਾਂ ਕਲਿਆਣ ਦਾਸ ਜੀ ਗੁੱਸੇ ਵਿੱਚ ਭੱਜੇ ਜਾਂਦੇ ਨੇ ਸਾਰਾ ਪਰਿਵਾਰ ਭੱਜਿਆ ਜਾਂਦਾ ਪਿੱਛੇ ਪਿੱਛੇ ਭੈਣ ਨਾਨਕੀ ਭੱਜੀ ਜਾਂਦੀ ਹੈ ਭਰਾ ਭਾਵੇਂ ਮਾੜਾ ਹੀ ਹੋਵੇ ਉਹ ਜੇ ਕਿਤੇ ਬਾਪੂ ਕੁੱਟਣ ਲੱਗ ਜਾਵੇ ਪੁੱਤਰ ਨੂੰ ਭੈਣਾਂ ਰੋਣ ਲੱਗ ਪੈਂਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਦਰਤੀ ਪਿਆਰ ਹੁੰਦਾ ਹੈ ਨਾਲੇ ਗੁਰੂ ਨਾਨਕ ਭਰਾ ਹੋਵੇ ਭੱਜੀ ਜਾਂਦੀ ਹੈ ਪਿੱਛੇ ਪਿੱਛੇ ਭੈਣਾਂ ਬੇਬੇ ਨਾਨਕੀ ਉਹਨੂੰ ਪਤਾ ਸੀ ਮੇਰੇ ਪਿਤਾ ਦਾ ਸੁਭਾਅ ਬੜਾ ਕੱਬਾ ਕਿਤੇ ਮੇਰੇ ਵੀਰ ਨੂੰ ਮਾਰੇ ਨਾ ਸਾਧ ਸੰਗਤ ਮਹਿਤਾ ਕਲਿਆਣ ਦਾਸ ਜੀ ਗੁੱਸੇ ਵਿੱਚ ਪਹੁੰਚ ਗਏ ਜਦੋਂ ਗਏ ਤੇ ਸਾਧ ਸੰਗਤ ਉਹ ਕਹਿੰਦੇ ਨਾਨਕ ਉਹ ਜਿਹੜੇ ਤੈਨੂੰ 20 ਰੁਪਈਏ ਦਿੱਤੇ ਸੀ ਕੀ ਕਰਕੇ ਆਇਆ ਦੱਸ ਕਿੱਥੇ ਗਵਾ ਕੇ ਆਇਆ ਤੂੰ ਉਹ ਬੋਲਦੇ ਨਹੀਂ ਨੀਵੀਂ ਪਾ ਕੇ ਖੜੇ ਹੁਣ ਪਿਤਾ ਸੀ ਬਾਪੂ ਸੀ ਨੀਵੀਂ ਪਾ ਕੇ ਖੜੇ ਨੇ ਸਾਧ ਸੰਗਤ ਮਹਿਤਾ ਕਲਿਆਣ ਦਾ ਜੀ ਨੇ ਕਾੜ ਕਰਦਾ ਸੋਹਣੇ ਜਿਹੇ ਮੁਖੜੇ 'ਤੇ ਲਫੜਾ ਮਾਰ ਦਿੱਤਾ ਕੋਮਲ ਜਿਹਾ ਮੁਖੜਾ ਸੀ ਉਂਗਲਾਂ ਛੱਪ ਗਈਆਂ ਲਾਲ ਮੂੰਹ ਹੋ ਗਿਆ ਨੀਵੀਂ ਪਾ ਕੇ ਖੜੇ ਨੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਪਿੱਛਿਓਂ ਬੇਬੇ ਨਾਨਕੀ ਭੈਣਾਂ ਆਈ ਉਹ ਸੱਟ ਵੱਜੀ ਹਿਰਦੇ 'ਤੇ ਆਣ ਕੇ ਬਾਪੂ ਦੀ ਬਾਂਹ ਫੜ ਲਈ ਨਾਲੇ ਰੋਣ ਲੱਗ ਪਏ ਬੇਬੇ ਨਾਨਕੀ ਭੈਣ ਪਏ ਮੇਰੇ ਰੱਬ ਵੀਰ ਦੇ ਚਪੇੜ ਮਾਰ ਦਿੱਤੀ ਨਾਲੇ ਰੋਂਦੀ ਨਾਲੇ ਬਾਪੂ ਦੀ ਬਾਂਹ ਫੜਦੇ ਨਾਲੇ ਸਮਝਾਉਂਦੀ ਹੈ ਉਹੀ ਗੱਲ ਹੋਈ ਫਿਰ ਆਪਣਾ ਪੁੱਤੇ ਸਮਝ ਲਿਆ ਨਾ ਤੂੰ ਪਤਾ ਸੀ ਬੇਬੇ ਨਾਨਕੀ ਨੂੰ ਉਹ ਬਾਹੋਂ ਫੜ ਰੋਵੇ ਨਾਲੇ ਆਖੇ ਨਾਨਕੀ ਇੰਨਾ ਕਦੋਂ ਗੁੱਸੇ ਵਿੱਚ ਆਏ ਬਾਪ ਜੀ ਉਹ ਬਾਹੋਂ ਫੜ ਰੋਵੇ ਨਾਲੇ ਆਖੇ ਨਾਨਕੀ ਇੰਨਾ ਕਦੋਂ ਗੁੱਸੇ ਵਿੱਚ ਆਏ ਬਾਪ ਜੀ ਘਰ ਮੇਰਾ ਵੱਡੇ
ਬਚਿਆ ਬਾਪ ਜੀ ਆਪਣਾ ਪੁੱਤ ਹੀ ਸਮਝ ਲਿਆ ਫਿਰ ਸਾਧ ਸੰਗਤ ਸਮਝਾਇਆ ਹੁਣ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਹਾਰਾਜ ਸੁਣਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਇਹ ਕਥਾ ਸੁਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰਾਂ ਵਿੱਚੋਂ ਜਲ ਵਹਿਣਾ ਸ਼ੁਰੂ ਹੋ ਗਿਆ ਵਿਰਾਗ ਵਿਰਾਗ ਚੱਲ ਪਿਆ ਬਹੁਤ ਭਾਈ ਬਾਲਾ ਵੀ ਰੋਈ ਜਾਂਦਾ ਨਾਲੇ ਕਥਾ ਸੁਣਾਉਂਦਾ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰਾਂ 'ਚੋਂ ਜਲ ਵਹਿੰਦਾ ਸਾਧ ਸੰਗਤ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਅੱਗੇ ਫਿਰ ਕਿਵੇਂ ਹੋਈ ਉਹ ਵੀ ਸੁਣਾ ਕਹਿੰਦਾ ਮਹਾਰਾਜ ਫਿਰ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਨੇ ਕੰਮ ਤਾਂ ਕਰਨਾ ਨਹੀਂ ਹੁਣ ਇਹਦਾ ਵਿਆਹ ਕਰ ਦਿਓ ਆਪੇ ਕਮਾਓ ਅਤੇ ਆਪੇ ਹੀ ਖਾਓ ਇੱਦਾਂ ਹੀ ਕਹਿੰਦੇ ਨੇ ਮਾਪੇ ਦੁਖੀ ਹੋ ਕੇ ਜੇ ਕੋਈ ਕੰਮ ਕਾਰ ਨਾ ਕਰੇ ਫਿਰ ਕਹਿੰਦੇ ਜੀ ਵਿਆਹੁਣ ਚੱਲ ਪਿਆ ਬਟਾਲੇ ਜਿਸ ਵੇਲੇ ਬਟਾਲੇ ਸ਼ਹਿਰ ਵਿਆਹੁਣ ਗਏ ਗੁਰੂ ਨਾਨਕ ਸਾਹਿਬ ਨੂੰ ਅਤੇ ਉੱਥੇ ਬੀਬੀਆਂ ਨੇ ਵੇਖਿਆ ਵੀ ਇਹ ਤਾਂ ਸਾਧੂ ਸੰਤ ਜਿਹਾ ਹੀ ਆ ਅਸੀਂ ਨਹੀਂ ਲੜਕੀ ਨੂੰ ਭੇਜਣਾ ਇਹਦੇ ਨਾਲ ਇਹ ਤਾਂ ਸਾਧ ਸੰਤ ਹੀ ਹੈ ਕਹਿੰਦਾ ਜੀ ਉਹ ਬੀਬੀਆਂ ਨੇ ਫਿਰ ਪਾਪ ਕਰਨਾ ਬਣਾ ਲਿਆ ਉਹ ਇੱਕ ਕੰਧ ਬਣਾ ਲਈ ਕੱਚੀ ਉਹਨਾਂ ਨੇ ਜਿਵੇਂ ਟੇਢੀ ਰੱਖ ਲਈ ਕੰਧ ਉਹ ਧੋਖਾ ਕਰਨ ਲੱਗੀਆਂ ਸੀ ਗੁਰੂ ਨਾਨਕ ਸਾਹਿਬ ਦੇ ਨਾਲ ਕਹਿੰਦੀਆਂ ਵੇ ਲਾੜਿਆ ਕੰਧ 'ਤੇ ਭੁੰਜੇ ਬਹਿ ਜਾ ਤੂੰ ਗੁਰੂ ਨਾਨਕ ਮਹਾਰਾਜ ਜੀ ਬਹਿ ਗਏ ਇੱਕ ਬੁੱਢੜੀ ਮਾਤਾ ਆਈ ਕਹਿੰਦੀ ਵੇ ਲਾੜਿਆ ਇਹ ਕੰਧ ਦੇ ਭੁੰਜੇ ਨਾ ਬੈਠ ਤੇਰੇ ਨਾਲ ਧੋਖਾ ਹੋਣ ਲੱਗਿਆ ਇਹ ਕੰਧ ਨੂੰ ਤੇਰੇ ਉੱਤੇ ਸੁੱਟ ਦੇਣਾ ਅਤੇ ਤੈਨੂੰ ਇਹਨਾਂ ਨੇ ਖਤਮ ਕਰ ਦੇਣਾ ਥੱਲੇ ਦੇ ਸਾਧ ਸੰਗਤ ਗੁਰੂ ਨਾਲ ਵੀ ਧੋਖਾ ਉਹ ਗੁਰੂ ਨਾਲ ਧੋਖਾ ਕਰਾਂਗੇ ਗੁਰੂ ਕੇ ਪਿਆਰਿਆਂ ਨਾਲ ਧੋਖਾ ਕਰਾਂਗੇ ਅਤੇ ਫਿਰ ਦੁੱਖ ਹੀ ਪਾਵਾਂਗੇ ਸਾਧ ਸੰਗਤ ਫਿਰ ਤਾਂ ਦੁੱਖ ਹੀ ਹੈ ਹੋਰ ਤਾਂ ਕੁਝ ਨਹੀਂ ਫਿਰ
ਗੁਰੂ ਨਾਲ ਵੀ ਬਰਾਬਰੀ। ਹੁਣ ਗੁਰੂ ਦੀ ਗ੍ਰੰਥ ਸਾਹਿਬ ਮਹਾਰਾਜ ਦੀ ਆਪਾਂ ਸ਼ਰਨ ਵਿੱਚ ਬੈਠੇ, ਇੱਥੇ ਆਣ ਕੇ ਵੀ ਸ਼ਰਾਰਤਾਂ ਕਰੀ ਜਾਈਏ, ਮਾੜੀ ਨੀਤ ਲੈ ਕੇ ਬੈਠੇ ਰਹੀਏ, ਤੇ ਉੱਧਰ ਝਾਤੀਆਂ ਮਾਰੀ ਜਾਈਏ, ਜਾਂ ਕਈ ਹੁੰਦੇ ਨੇ ਪੁਰਾਣੇ ਜੋੜੇ ਛੱਡ ਜਾਣਗੇ ਨਵੇਂ ਲੈ ਜਾਣਗੇ। ਪਰ ਆਹ ਤਾਂ ਵਿਚਾਰੇ ਬੱਚੇ ਨੇ, ਬੀਕੇ ਤੋਂ, ਬੀਕੇ ਨਗਰ ਤੋਂ ਨੌਜਵਾਨ ਬੱਚੇ ਨੇ, ਬੜਾ ਦਾਸਾਂ ਦੇ ਨਾਲ ਇਹਨਾਂ ਦਾ ਪ੍ਰੇਮ ਹੈ, ਜਿੱਥੇ ਵੀ ਦੀਵਾਨ ਹੁੰਦਾ ਉੱਥੇ ਵਿਚਾਰੇ ਪਹੁੰਚ ਜਾਂਦੇ ਨੇ, ਬੜਾ ਪ੍ਰੇਮ ਹੈ, ਸੇਵਾ ਕਰਦੇ ਨੇ ਨਸ਼ੇ ਕਾਮ ਸੇਵਾ। ਕਈ ਵਾਰ ਹੁੰਦਾ ਆਉਂਦੀਆਂ ਨੇ ਸੰਗਤਾਂ, ਆਪਣੇ ਨਵ ਪੁਰਾਣੇ ਜੋੜੇ ਛੱਡ ਜਾਣਗੇ ਨਵੇਂ ਲੈ ਜਾਣਗੇ, ਸੰਗਤ ਵਿੱਚ ਆਣ ਕੇ ਵੀ ਇਹੋ ਜਿਹਾ ਪਾਪ ਕਿੱਥੇ ਭਲਾ ਹੋਊ ਫਿਰ। ਅਤੇ ਸਾਰ ਸੰਗਤ ਕਹਿਣ ਤੋਂ ਭਾਵ, ਕਈ ਵਾਰ ਐਸਾ ਸੁਭਾਅ ਹੋ ਜਾਂਦਾ ਸੰਗਤ ਵਿੱਚ ਬੈਠ ਕੇ ਵੀ ਆਪਾਂ ਮਨ ਦੇ ਪਿੱਛੇ ਲੱਗ ਜਾਂਦੇ, ਇੱਧਰ ਉੱਧਰ ਝਾਤੀਆਂ ਮਾਰੀ ਜਾਵਾਂਗੇ, ਸ਼ਰਾਰਤਾਂ ਮਨ ਕਰਕੇ ਹੀ ਕਰੀ ਜਾਵਾਂਗੇ, ਅਤੇ ਫਿਰ ਤਾਂ ਪਾਪ ਇਹ ਲੱਗਣਾ। ਗੁਰੂ ਨਾਲ ਵੀ ਚਲਾਕੀਆਂ, ਗੁਰੂ ਨਾਲ ਵੀ ਧੋਖਾ। ਹੁਣ ਕੰਧ ਦਾ ਧੱਕਾ ਦੇਣਾ, ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਥੱਲੇ ਦੇ ਕੇ ਖਤਮ ਕਰ ਦੇਣਾ, ਉਹ ਗੁਰੂ ਨਾਲ ਵੀ ਧੋਖਾ, ਗੁਰੂ ਨਾਲ ਵੀ ਸ਼ਰਾਰਤਾਂ, ਫਿਰ ਤਾਂ ਦੁੱਖ ਮਿਲੇਗਾ। ਸਾਰ ਸੰਗਤ, ਇੱਕ ਆਇਆ ਮਨਮੁਖ ਬੰਦਾ ਮਹਾਂਪੁਰਖਾਂ ਦੇ ਕੋਲ, ਉੱਥੇ ਉਹ ਨੰਗਾ ਸਿਰ, ਸਿਰ ਦੇ ਉੱਤੇ ਕੇਸ ਨੇ, ਨੰਗਾ ਸਿਰ ਸ਼ਰਾਬ ਪੀਤੀ ਹੋਈ ਆ ਗਿਆ। ਮਹਾਂਪੁਰਖ ਕਹਿੰਦੇ, ਉਹ ਭਾਈ ਜਾ, ਤੂੰ ਸ਼ਰਾਬ ਪੀਤੀ ਹੋਈ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਹ ਤੇਰੇ ਵਾਸਤੇ ਕੰਮ ਚੰਗਾ ਨਹੀਂ, ਆਪਣੇ ਘਰ ਨੂੰ ਚੱਲਿਆ ਜਾ। ਉਹ ਕਹਿੰਦਾ ਮੈਂ ਨਹੀਂ ਜਾਣਾ। ਬਾਬੇ ਕਹਿੰਦੇ ਬਈ ਇਹ ਕੰਮ ਤੇਰੇ ਵਾਸਤੇ ਠੀਕ ਨਹੀਂ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਹ ਚੱਲਿਆ ਜਾ ਜੇ ਤੂੰ ਆਪਣਾ ਭਲਾ ਚਾਹੁੰਦਾ। ਕਹਿੰਦਾ ਮੈਂ ਨਹੀਂ ਜਾਣਾ, ਜਿਹੜੀ ਮੇਰੀ ਲੱਤ ਗੁਰੂ ਨੇ ਭੰਨਣੀ ਭੰਨ ਲਏ। ਅੜਕੇ ਖੜ ਗਿਆ। ਹੁਣ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹ ਸੰਤਾਂ ਨੇ ਕੀ ਕਹਿਣਾ, ਚੁੱਪ ਹੋ ਗਏ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਹੁਣ ਸਾਡੇ ਵਰਗਾ ਹੁੰਦਾ ਚੁੱਕ ਡਾਂਗ ਮਾਰਦਾ ਸਿਰ ਵਿੱਚ, ਇੱਦਾਂ ਹੀ ਕਰਨੀ ਸੀ ਫਿਰ। ਹੁਣ ਨਾਮ ਦੀ ਕਮਾਈ ਕਰਨ ਵਾਲਿਆਂ ਦਾ ਮਨ ਜਿਗਰੇ ਵਾਲਾ ਹੁੰਦਾ, ਸ਼ਾਂਤੀ 'ਚ ਰਹਿੰਦੇ ਨੇ, ਉਹਨਾਂ ਦੀ ਸਹਾਇਤਾ ਗੁਰੂ ਕਰਦਾ, ਉਹ ਆਪ ਨਹੀਂ ਕਿਸੇ ਨੂੰ ਕੁਝ ਕਹਿੰਦੇ। ਕਹਿੰਦਾ ਭਲੇ ਜਿਹੜੀ ਮੇਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲੱਤ ਭੰਨਣੀ, ਗੁਰੂ ਨੇ ਲੱਤ ਭੰਨਣੀ, ਮੈਂ ਨਹੀਂ ਜਾਂਦਾ। ਮਹਾਂਪੁਰਖ ਚੁੱਪ ਹੋ ਗਏ, ਥੋੜ੍ਹੀ ਦੇਰ ਖੜਾ ਰਿਹਾ, ਅੜ ਕੇ ਚਲੇ ਗਿਆ। ਫਿਰ ਚਲੇ ਗਿਆ, ਇੱਕੋ ਹੀ ਦਿਨ ਲੰਘਿਆ, ਗੱਡੀ ਵਿੱਚ ਜਾਂਦਾ ਸੀ ਬੈਠਾ ਸ਼ਹਿਰ ਨੂੰ, ਐਕਸੀਡੈਂਟ ਹੋ ਗਿਆ। ਕੋਈ ਸਤਨਾਮ, ਐਕਸੀਡੈਂਟ ਹੋ ਗਿਆ, ਉਹਦੀ ਲੱਤ ਟੁੱਟ ਗਈ। ਸਾਧ ਸੰਗਤ ਕਹਿੰਦਾ ਸੀ ਨਾ, ਜਿਹੜੀ ਗੁਰੂ ਨੇ ਮੇਰੀ ਲੱਤ ਭੰਨਣੀ ਭੰਨ ਲਏ, ਇਹ ਧਰਤੀ ਕਰਮਾਂ ਦਾ ਖੇਤ ਹੈ ਪ੍ਰੇਮੀਆਂ, ਜਿਉਂ ਜਿਹਾ ਬੀਜ ਬੀਜੇਗਾ ਤੈਸੇ ਫਲ ਮਿਲੇਗਾ। ਉਹ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਉਹ ਫਲ ਤੇਰੇ ਘਰ ਮਾਰਾ, ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਉਹ ਫਲ ਤੇਰੇ ਘਰ ਮਾਰਾ। ਬੀਜੇ ਸੋ ਲਾਉਣਾ ਕਰਮਾ ਸੁੰਦੜ, ਫਿਰ ਜਿਉਂ ਜਿਹਾ ਬੀਜ ਬੀਜਾਂਗੇ ਤੈਸਾ ਫਲ ਮਿਲੇਗਾ। ਜੇ ਤਾਂ ਸੰਗਤ ਵਿੱਚ ਬਹਿਗੇ ਪ੍ਰੇਮ ਨਾਲ, ਫਿਰ ਤਾਂ ਬੇੜਾ ਪਾਰ ਹੈ। ਜੇ ਇੱਥੇ ਆਣ ਕੇ ਵੀ
ਮਨ ਦੇ ਪਿੱਛੇ ਲੱਗੇ ਰਹੇ, ਕਿਉਂਕਿ ਇੱਥੇ ਅਣਕੇ ਤਾਂ ਛੁਟਕਾਰਾ ਹੋਣਾ। ਬਾਹਰਲੇ ਪਾਸੇ ਜਿਹੜੇ ਪਾਪ ਕਰਾਂਗੇ ਦੁਨੀਆਂ ਦੇ ਵਿੱਚ ਰਹਿ ਕੇ ਸੰਗਤ ਵਿੱਚ ਆਵਾਂਗੇ ਸਾਡੇ ਪਾਪ ਧੋਤੇ ਜਾਣਗੇ। ਜੇ ਸੰਗਤ ਵਿੱਚ ਵੀ ਆਣ ਕੇ ਮਨ ਕਰਕੇ ਪਾਪ ਕਰਦੇ ਰਹੇ, ਬਾਹਰ ਕਿਤੇ ਧੋਤੇ ਨਹੀਂ ਜਾਣੇ, ਫਿਰ ਤਾਂ ਕਿਤੇ ਬਖਸ਼ਿਆ ਨਹੀਂ ਜਾਣਾ। ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਾਹਗਾਰ। ਇਹ ਅਰਦਾਸ ਕਰਨੀ ਆਪਾਂ ਗੁਰੂ ਦੇ ਅੱਗੇ, ਫਿਰ ਤਾਂ ਕਿਤੇ ਬਖਸ਼ਿਆ ਨਹੀਂ ਜਾਣਾ। ਹੁਣ ਸਾਰ ਸੰਗਤ ਬੇਨਤੀ ਕਰਦੇ ਸੀ, ਰੱਬ ਦੇ ਪਿਆਰਿਆਂ ਨਾਲ ਪੰਗਾ ਲਵਾਂਗੇ ਤਾਂ ਦੁੱਖ ਪਾਵਾਂਗੇ, ਫਿਰ ਦੁਖੀ ਹੋਵਾਂਗੇ, ਸਾਧੂਆਂ ਦੇ ਨਾਲ ਵੈਰ ਕਰਾਂਗੇ, ਵਿਰੋਧ ਕਰਾਂਗੇ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਮਹਾਂਪੁਰਖ ਦੱਸਿਆ ਕਰਦੇ ਸੀ, ਜੇ ਕਿਸੇ ਨੇ ਛੇਤੀ ਮਰਨਾ ਹੋਵੇ ਤਾਂ ਸੰਤਾਂ ਨਾਲ ਵੈਰ ਪਾ ਲੇ, ਸਾਧ ਸੰਗਤ ਫਿਰ ਝੱਬੇ ਮੌਤ ਆ ਜਾਂਦੀ ਹੈ। ਸਾਧ ਸੰਗਤ ਜੀ, ਕੋਈ ਕਿਸੇ ਪ੍ਰੇਮੀਆਂ ਦੇ ਘਰ ਕੁੜਮਾ ਆ ਗਿਆ ਅਤੇ ਉਸੇ ਘਰ ਸਾਧੂ ਆ ਗਿਆ ਬੰਦਗੀ ਵਾਲਾ, ਕੋਈ ਇੱਕੋ ਇੱਕ ਕਮਰੇ ਵਿੱਚ ਦੋਵਾਂ ਨੂੰ ਬਿਠਾ ਦਿੱਤਾ, ਸਾਧੂ ਨੂੰ ਵੀ ਬਿਠਾ ਦਿੱਤਾ ਅਤੇ ਕੁੜਮ ਨੂੰ ਵੀ ਬਿਠਾ ਦਿੱਤਾ। ਉਹ ਘਰ ਵਾਲੀ ਬੀਬੀ ਨੇ ਪ੍ਰਸ਼ਾਦਾ ਤਿਆਰ ਕੀਤਾ, ਘਰ ਵਾਲੇ ਨੂੰ ਕਹਿੰਦੀ ਇਸ ਤਰ੍ਹਾਂ ਕਰੀ, ਆਹ ਜਿਹੜਾ ਵਧੀਆ ਪ੍ਰਸ਼ਾਦਾ ਕੁੜਮ ਦੇ ਅੱਗੇ ਰੱਖੀ, ਆਹ ਜਿਹੜਾ ਘਟੀਆ ਸੰਤਾਂ ਅੱਗੇ ਰੱਖਦੀ, ਅਸੀਂ ਸੰਤਾਂ 'ਤੇ ਕੀ ਲੈਣਾ, ਕੁੜਮ ਦੇ ਨਾਲ ਤਾਂ ਅਸੀਂ ਵਰਤਣਾ। ਓਹੋ ਸਾਧ ਸੰਗਤ, ਉਹ ਪ੍ਰੇਮੀ ਸੀ ਵਿਚਾਰਾ, ਪ੍ਰੇਮ ਵਾਲਾ ਸੀ, ਉਹਨੇ ਦੋਵੇਂ ਥਾਲੀਆਂ ਚੁੱਕੀਆਂ, ਜਿਹੜੀ ਵਧੀਆ ਪ੍ਰਸ਼ਾਦਾ ਸੀ ਜਿਸ ਥਾਲੀ ਵਿੱਚ ਸੰਤਾਂ ਦੇ ਅੱਗੇ ਰੱਖ ਦਿੱਤਾ, ਜਿਹੜਾ ਘਟੀਆ ਸੀ ਉਹ ਰੱਖ ਦਿੱਤਾ ਕੁੜਮ ਦੇ। ਕਹਿੰਦਾ ਅੱਗੇ ਉਹ ਕਹਿੰਦਾ ਅਸੀਂ ਕੁੜਮਾਂ 'ਤੇ ਕੀ ਲੈਣਾ, ਸੀ ਰੱਬ ਦੇ ਪਿਆਰਿਆਂ 'ਤੇ ਲੈਣਾ, ਕੰਮ ਹੋ ਗਿਆ ਉਲਟ ਪੁਲਟ। ਘਰ ਵਾਲੀ ਬੀਬੀ ਹੋਰ ਪਾਸੇ ਨੂੰ, ਅਤੇ ਉਹ ਪ੍ਰੇਮੀ ਸੀ, ਉਹ ਜਦੋਂ ਗਈ ਪਾਣੀ ਲੈ ਕੇ ਪਿੱਛੇ ਦੇਖਿਆ, ਕਹਿੰਦੀ ਉਹੀ ਗੱਲ ਕੀਤੀ, ਇੱਕ ਪਾਸੇ ਹੋ ਕੇ ਕਹਿੰਦੀ ਜਦੋਂ ਲੰਗਰ ਪਾਣੀ ਛਕ ਲਿਆ ਸੰਤਾਂ ਨੇ, ਕਹਿੰਦੀ ਉਹੀ ਗੱਲ ਕੀਤੀ ਨਾ ਘਰ ਆਏ ਕੁੜਮ ਦਾ, ਉਹ ਮੇਰਾ ਨੱਕ ਵੱਢਿਆ ਸਵਾਰ ਕੇ, ਤੂੰ ਘਰ ਆਏ ਕੁੜਮ ਨਾ ਕੰਮ ਕਰਿਆ ਤੂੰ। ਸੰਤਾਂ ਨੇ ਸੁਣ ਲਿਆ, ਕਹਿੰਦੇ ਕੋਈ ਨਹੀਂ ਬੀਬਾ, ਨੱਕ ਤੇਰਾ ਬਥੇਰਾ ਲੰਮਾ ਹੋ ਜਾਣਾ, ਚਿੰਤਾ ਨਾ ਕਰ, ਤੂੰ ਬਹੁਤ ਲੰਮਾ ਹੋ ਜਾਣਾ ਨੱਕ, ਹੁਣ ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨਾ ਬੰਦੇ ਸਾਧ ਸੰਗਤ। ਉਹ ਬੀਬੀ ਫਿਰ ਹਥਣੀ ਦੀ ਜੂਨੇ ਪਈ, ਆਖੋ ਸਤਨਾਮ, ਹਥਣੀ ਦੀ ਜੂਨੇ, ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਬੰਦੇ ਸਾਧ ਸੰਗਤ, ਸਾਧੂਆਂ ਦੇ ਬੋਲ ਹੋ ਜਾਣਗੇ ਸਹਿ ਸੁਭਾਅ, ਫਿਰ ਉਹ ਵਿਅਰਥ ਨਹੀਂ ਜਾਂਦੇ। ਅਤੇ ਸਾਡਾ ਵੀ ਤਾਂ ਐਸਾ ਹੀ ਸੁਭਾਅ ਹੈ, ਗੁਰੂ ਨਾਲ ਪ੍ਰੇਮ ਨਹੀਂ ਬਸ ਰਿਸ਼ਤੇਦਾਰਾਂ ਨਾਲ ਹੀ ਪਿਆਰ, ਕਿਤੇ ਰਿਸ਼ਤੇਦਾਰ ਨਾ ਨਾਰਾਜ਼ ਹੋ ਜਾਣ, ਗੁਰੂ ਤਾਂ ਭਾਵੇਂ ਨਾਰਾਜ਼ ਹੋ ਜਾਵੇ। ਸਾਰ ਸੰਗਤ, ਉਹ ਮਹਾਂਪੁਰਖ ਕਿਸੇ ਪ੍ਰੇਮੀਆਂ ਦੇ ਘਰ ਗਏ, ਗੁਰਮੁਖ ਪਰਿਵਾਰਾਂ ਦਾ ਪਰਿਵਾਰ ਦਾ ਘਰ ਸੀ, ਸਾਰੇ ਅੰਮ੍ਰਿਤਧਾਰੀ ਮਹਾਂਪੁਰਖ ਬੰਦਗੀ ਵਾਲੇ ਸੀ, ਉਸ ਘਰ ਵਿੱਚ ਗਏ, ਉੱਥੇ ਅਵਗਤ ਰੂਹਾਂ ਫਿਰਦੀਆਂ, ਉਹਨਾਂ ਨੂੰ ਤਾਂ ਦਿਸ ਪੈਂਦਾ ਨਾ ਜਿਹੜੇ ਸਾਧੂ ਦੇ ਨਾਮ ਜਪਣ ਵਾਲੇ। ਉਹ ਕਹਿੰਦੇ, ਸਾਧੂ ਕਹਿੰਦੇ ਤੁਸੀਂ ਇੱਥੇ ਕੀ ਕਰਦੇ, ਤਾਂ ਸਾਰੇ ਗੁਰੂ ਕੇ ਪਿਆਰੇ ਨੇ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲੇ। ਕਹਿੰਦੇ ਜੀ ਅਸੀਂ ਇੱਥੇ ਆਏ ਹਾਂ, ਇੱਥੋਂ ਸਾਨੂੰ ਸ਼ਰਾਬ ਦੀ ਵਾਸ਼ਨਾ ਆਈ ਹੈ। ਸੰਤ ਕਹਿੰਦੇ ਇੱਥੇ ਸ਼ਰਾਬ ਕਿੱਥੇ, ਤਾਂ ਬਾਣੀ ਪੜ੍ਹਦੇ ਸਾਰਾ ਪਰਿਵਾਰ ਇਹ ਅੰਮ੍ਰਿਤਧਾਰੀ ਗੁਰੂ ਵਾਲਾ ਹੈ, ਇੱਥੇ ਸ਼ਰਾਬ ਕਿੱਥੋਂ ਆ ਗਈ। ਉਹ ਅਵਗਤ ਰੂਹਾਂ ਕਹਿੰਦੀਆਂ ਜੀ ਜਿਹੜੇ ਭੂਤ ਪ੍ਰੇਤ ਫਿਰਦੇ ਨੇ, ਮਹਾਂਪੁਰਖ ਦੱਸਦੇ ਨੇ ਜਿੰਨੀਆਂ ਇੱਥੇ ਦੁਨੀਆਂ ਇਹਨਾਂ ਤੋਂ ਚਾਰ ਗੁਣਾ ਜ਼ਿਆਦਾ ਫਿਰਦੇ ਨੇ, ਜਿਹਨਾਂ ਦੀ ਗਤੀ ਵੀ ਨਹੀਂ ਹੋਈ। ਸਾਧ ਸੰਗਤ, ਉਹ ਕਹਿੰਦੇ ਸੰਤ ਜੀ ਸਾਨੂੰ ਵਾਸ਼ਨਾ ਆਈ ਹੈ ਸ਼ਰਾਬ ਦੀ, ਅਸੀਂ ਤਾਂ ਆ ਹੀ ਨਹੀਂ ਸਕਦੇ ਉੱਦਾਂ। ਉਹ ਸੰਤਾਂ ਨੇ ਘਰ ਵਾਲੇ ਪਰਿਵਾਰ ਨੂੰ ਇਕੱਠਾ ਕੀਤਾ, ਕਹਿੰਦੇ ਉਹ ਗੱਲ ਸੁਣੋ, ਉਹ ਸ਼ਰਾਬ ਤੁਹਾਡੇ ਵਿੱਚੋਂ ਕੌਣ ਪੀਂਦਾ? ਕਹਿੰਦੇ ਬਾਬਾ ਜੀ ਅਸੀਂ ਸ਼ਰਾਬ ਕੋਈ ਵੀ ਨਹੀਂ ਪੀਂਦੇ, ਅਸੀਂ ਤਾਂ ਬਾਣੀ ਪੜ੍ਹਦੇ, ਸਾਰਿਆਂ ਨੇ ਅੰਮ੍ਰਿਤ ਛਕਿਆ, ਅਸੀਂ ਤਾਂ ਗੁਰੂ ਵਾਲੇ ਹਾਂ, ਅਸੀਂ ਤਾਂ ਸ਼ਰਾਬ ਪੀਂਦਾ ਹੀ ਨਹੀਂ। ਕਹਿੰਦੇ ਫਿਰ ਘਰ ਵਿੱਚ ਪਈ ਹੋਊ? ਕਹਿੰਦੇ ਜੀ ਉਹ ਤਾਂ ਹੈਗੀ ਆ। ਕਹਿੰਦੇ ਉਹ ਕੀ ਕਰਨੇ ਨੂੰ ਰੱਖੀ? ਕਹਿੰਦੀ ਜੀ ਆਏ ਗਏ ਵਾਸਤੇ। ਕਹਿੰਦੇ ਸਿਖਾਉਂਦਾ ਕੌਣ ਆਏ ਗਏ ਨੂੰ, ਰਿਸ਼ਤੇਦਾਰਾਂ ਨੂੰ ਕੌਣ ਸਿਖਾਉਂਦਾ? ਕਹਿੰਦੇ ਜੀ ਅਸੀਂ ਭਈਆ ਨੌਕਰ ਰੱਖਿਆ ਹੋਇਆ, ਦੁਰ ਫਿੱਟੇ ਮੁੰਡਿਆਂ, ਸਾਰੇ ਟੱਬਰ ਨੇ ਅੰਮ੍ਰਿਤ ਛਕਿਆ ਹੋਇਆ, ਬਾਣਾ ਪਾਇਆ, ਭਈਆ ਰੱਖਿਆ ਸ਼ਰਾਬ ਪਿਲਾਉਣ ਵਾਸਤੇ। ਬਾਬੇ ਕਹਿੰਦੇ ਠੀਕ ਹੈ, ਦੂਸਰੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣੀ ਹੈ, ਆਪ ਨਹੀਂ ਜਾਣੀ ਗੋਲੀ ਮਾਰਨੀ ਸਿੱਧੀ ਫਿਰ ਮਰ ਜਾਵੇ, ਦੂਸਰੇ 'ਤੇ ਰੱਖ 'ਤੇ ਗੋਲੀ ਚਲਾਉਣੀ ਹੈ, ਫਲ ਕਿਹਨੂੰ ਮਿਲਣਾ, ਸਾਨੂੰ ਮਿਲੇਗਾ ਫਿਰ। ਸਾਧ ਸੰਗਤ ਐਸਾ ਹੀ ਹੈ ਸਾਡਾ ਹਾਲ, ਐਸਾ ਹੀ ਪ੍ਰੇਮ ਹੈ ਸਾਡਾ, ਗੁਰੂ ਨਾਲ ਪ੍ਰੇਮ ਨਹੀਂ
ਰਿਸ਼ਤੇਦਾਰਾਂ ਦੇ ਨਾਲ ਪ੍ਰੇਮ ਹੈ ਬਸ। ਓਹੋ ਸਾਧ ਸੰਗਤ ਜਿਹਨਾਂ ਦਾ ਗੁਰੂ ਨਾਲ ਪ੍ਰੇਮ ਹੈ ਉਹ ਕਹਿੰਦਾ ਖਸਮੇ ਨੂੰ ਖਾਣ ਸਾਰੇ ਹੀ ਰਿਸ਼ਤੇਦਾਰ। ਕਈ ਵਾਰ ਹੁੰਦਾ ਸੰਗਤ ਵਿੱਚ ਆਉਣਾ ਹੋਵੇ ਮੇਰੀ ਤਾਂ ਜੀ ਮਾਸੀ ਆ ਗਈ ਤਾਂ ਨਹੀਂ ਮੈਂ ਆਇਆ। ਜਿਹਦਾ ਪ੍ਰੇਮ ਹੋਵੇ ਭਾਵੇਂ ਮਾਸੀ ਹੋਵੇ ਭਾਵੇਂ ਮਾਮਾ ਹੋਵੇ ਛੱਡ ਕੇ ਦੌੜ ਜਾਂਦਾ ਮੈਂ ਤਾਂ ਜਾਣਾ ਗੁਰੂ ਦੀ ਸੰਗਤ 'ਚ ਤਾਂ ਕੀਰਤਨ ਸੁਣਦਾ। ਉਹ ਨਹੀਂ ਕਰਦੇ ਪਰਵਾਹ ਰਿਸ਼ਤੇਦਾਰਾਂ ਦੀ ਜਿਹਦਾ ਗੁਰੂ ਨਾਲ ਪ੍ਰੇਮ ਹੋਵੇ। ਉਹ ਕਹਿੰਦੇ ਰਿਸ਼ਤੇਦਾਰ ਛੱਡ ਕੇ ਭਾਵੇਂ ਸਾਰੀ ਦੁਨੀਆਂ ਰੁੱਸ ਜਾਵੇ ਪਰ ਮੇਰਾ ਉਹ ਮੇਰਾ ਰੁੱਸੇ ਨਾ ਕਲ ਗਈ ਮਹਾਰਾ ਜਗ ਭਾਵੇਂ ਸਾਰਾ ਰੁੱਸ ਜਾਏ ਮੇਰਾ ਰੁੱਸੇ ਨਾ ਕਲ ਗਈ ਮਹਾਰਾ ਉਹ ਜਗ ਭਾਵੇਂ ਸਾਰਾ ਰੁੱਸ ਜਾਏ ਬਈ ਭਾਵੇਂ ਰਿਸ਼ਤੇਦਾਰ ਹੋਣ ਭਾਵੇਂ ਸਾਰੀ ਦੁਨੀਆਂ ਹੋਵੇ ਮੇਰਾ ਗੁਰੂ ਨਾ ਰੁੱਸੇ ਬਸ। ਸਾਧ ਸੰਗਤ ਜਿਹਨੇ ਗੁਰੂ ਪੱਲੇ ਰੱਖ ਲਿਆ ਦੁਨੀਆਂ ਰੁੱਸ ਗਈ ਜਿਹਦੇ ਨਾਲ ਸਾਰੀ ਉਹਦੇ ਪੱਲੇ ਸਭ ਕੁਝ ਹੋ ਗਿਆ। ਉਹ ਜਿਹਦੇ ਨਾਲ ਗੁਰੂ ਰੁੱਸ ਗਿਆ ਦੁਨੀਆਂ ਨੂੰ ਪੱਲੇ ਰੱਖ ਲਿਆ ਉਹਦੇ ਪੱਲੇ ਕੱਖ ਵੀ ਨਹੀਂ। ਜਿਹਨਾਂ ਦਾ ਪ੍ਰੇਮ ਹੈ ਉਹ ਤਾਂ ਨਹੀਂ ਪਰਵਾਹ ਕਰਦੇ ਉਹ ਨਹੀਂ ਆਪਣਾ ਗੁਰੂ ਹੁੰਦਾ ਪ੍ਰੇਮ ਹੁੰਦਾ ਸਾਧ ਸੰਗਤ। ਹੁਣ ਆਪਾਂ ਬੇਨਤੀ ਕਰਦੇ ਸੀ ਕਿ ਗੁਰੂ ਦੇ ਨਾਲ ਵੀ ਚਤਰਾਈਆਂ ਗੁਰੂ ਦੇ ਨਾਲ ਵੀ ਧੋਖਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਉੱਤੇ ਕੰਧ ਸੁੱਟ ਦੇਣੀ ਬਸ ਖਤਮ ਕਰ ਦੇਣਾ ਥੱਲੇ ਦੇ ਕੇ। ਉਹ ਗੁਰੂ ਨਾਨਕ ਸਾਹਿਬ ਤਾਂ ਚਲੋ ਆਪ ਪਰਮੇਸ਼ਰ ਸੀ ਉਹਨੂੰ ਤਾਂ ਖਤਮ ਕਿਹਨੇ ਕਰਨਾ। ਉਹ ਗੁਰੂ ਨਾਨਕ ਸਾਹਿਬ ਦੇ ਨਾਲ ਧੋਖਾ ਤਾਂ ਕਿਹਨੇ ਕਰਨਾ। ਗੁਰੂ ਨਾਨਕ ਸਾਹਿਬ ਦੇ ਪਿਆਰਿਆਂ ਨਾਲ ਨਹੀਂ ਕੋਈ ਧੋਖਾ ਕਰ ਸਕਦਾ। ਜਿਹੜਾ ਬਾਣੀ ਪੜ੍ਹਦਾ ਸੇਵਾ ਸਿਮਨ ਕਰਦਾ ਤਾਂ ਕਹੋ ਧੋਖਾ ਕਹਾਂ ਵਿਆਪੈ ਜਾ ਕਹੋ ਓਟ ਤੁਹਾਰੀ। ਗੁਰੂ ਨਾਨਕ ਸਾਹਿਬ ਦੇ ਨਾਲ ਕਿਹਨੇ ਕਰਨਾ ਸੀ। ਉਹ ਮਾਤਾ ਆਈ ਕਹਿੰਦੀ ਵੇ ਲਾੜਿਆ ਉੱਠ ਜਾ ਤੇਰੇ ਨਾਲ ਧੋਖਾ ਹੋਣ ਲੱਗਿਆ ਕੰਧ ਨੂੰ ਤੇਰੇ ਉੱਤੇ ਸੁੱਟ ਦੇਣਾ ਅਤੇ ਤੈਨੂੰ ਖਤਮ ਕਰ ਦੇਣਾ ਇਹਨਾਂ ਨੇ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮਾਤਾ ਜੀ ਨਾਲੇ ਕੰਧ ਨੂੰ ਪੰਜਾ ਲਾ ਦਿੱਤਾ। ਕਹਿੰਦੇ ਮਾਤਾ ਜੀ ਇਹ ਕੰਧ ਚਾਰ ਜੁਗ ਖੜੀ ਰਹਿਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਇਹ ਕੰਧ ਚਾਰ ਜੁਗ ਖੜੀ ਰਹਿਣੀ ਹੈ ਪੰਜਾ ਲਾ ਦਿੱਤਾ। ਉਹ ਬਟਾਲੇ ਸ਼ਹਿਰ ਜਾਓ ਉਹ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ ਸ਼ੀਸ਼ੇ ਵਿੱਚ ਮੜੀ ਹੋਈ ਹੈ ਉਹ ਕੰਧ ਉੱਦਾਂ ਹੀ ਖੜੀ ਹੈ। ਜਿੱਥੇ ਪੰਜਾ ਲਾ ਦਿੱਤਾ ਗੁਰੂ ਨੇ ਉਹ ਪੰਜਾ ਸਾਹਿਬ ਬਣ ਗਿਆ। ਉਹ ਕਿਸੇ ਟਾਲੀ ਦੇ ਦਰਖਤ ਦੇ ਭੁੰਜੇ ਮਹਾਰਾਜ ਜੀ ਨੇ ਆਸਣ ਲਾ ਲਿਆ ਅਤੇ ਉਹ ਟਾਲੀ ਸਾਹਿਬ ਗੁਰਦੁਆਰਾ ਬਣ ਗਿਆ।
ਕਿਤੇ ਡੰਡਾ ਕੱਢ ਦਿੱਤਾ ਉਹ ਡੰਡਾ ਸਾਹਿਬ ਬਣ ਗਿਆ ਸਾਡੇ ਭਰੋਲੀ ਨਗਰ ਦੇ ਲਾਗੇ ਗੁਰਦੁਆਰਾ ਡੰਡਾ ਸਾਹਿਬ ਹੈ ਸੰਧਵਾ ਪਿੰਡ ਵਿਖੇ ਉਹ ਗੁਰੂ ਹਰਿ ਸਾਹਿਬ ਮਹਾਰਾਜ ਨੇ ਉੱਥੇ ਦਰਸ਼ਨ ਦਿੱਤਾ ਮਹਾਰਾਜ ਜੀ ਦਾਤਣ ਕਰਦੇ ਸੀ ਬੜੀ ਮੋਟੀ ਡੰਡੇ ਵਰਗੀ ਜਿਹੜੇ ਨਾਲ ਗੁਰਸਿੱਖ ਸੀ ਉਹ ਕਹਿੰਦੇ ਮਹਾਰਾਜ ਅੱਜ ਤੇ ਦਾਤਣ ਵੀ ਡੰਡੇ ਵਰਗੀ ਕਰਦੇ ਤੁਸੀਂ ਪਿਆਰ ਵਿੱਚ ਕਹਿ ਦਿੱਤਾ ਉਸੇ ਵੇਲੇ ਉਹ ਜਦੋਂ ਮਹਾਰਾਜ ਜੀ ਦਾਤਣ ਕਰਕੇ ਸੁੱਟਿਆ ਕਰਦੇ ਸੀ ਉਹ ਦੋ ਕਰਦਿਆ ਕਰਦੇ ਸੀ ਫਾੜਾਂ ਫਿਰ ਸੁੱਟ ਦਿੰਦੇ ਸੀ ਅਤੇ ਜਦੋਂ ਗੁਰਮੁਖਾਂ ਨੇ ਕਿਹਾ ਮਹਾਰਾਜ ਅੱਜ ਤੇ ਦਾਤਣ ਵੀ ਡੰਡੇ ਵਰਗੀ ਕਰਦੇ ਹਾਂ ਤੁਸੀਂ ਪਿਆਰ ਵਿੱਚ ਕਹਿ ਦਿੱਤਾ ਗੁਰਸਿੱਖਾਂ ਨੇ ਪਿਆਰਿਆਂ ਨੇ ਜਿਹੜੇ ਨਾਲ ਸੀ ਮਹਾਰਾਜ ਦੇ ਕਹਿੰਦੇ ਗੁਰਮੁਖੋ ਇਹ ਡੰਡਾ ਨਹੀਂ ਨਾਲੇ ਗੜ ਦਿੱਤਾ ਕਹਿੰਦੇ ਇਹ ਡੰਡਾ ਸਾਹਿਬ ਹੈ ਉਹ ਪਿੰਡ ਸੰਧਵਾਂ ਵਿਖੇ ਗੁਰਦੁਆਰਾ ਡੰਡਾ ਸਾਹਿਬ ਇੰਨਾ ਮਸ਼ਹੂਰ ਕਿਤੇ ਦੇਸਾਂ ਪ੍ਰਦੇਸਾਂ ਵਿੱਚ ਵੀ ਜਾ ਕੇ ਪੁੱਛ ਲਓ ਗੁਰਦੁਆਰਾ ਡੰਡਾ ਸਾਹਿਬ ਉੱਥੇ ਕਿਤੇ ਰੌਣਕਾਂ ਲੱਗੀਆਂ ਪਈਆਂ ਦਿਨੇ ਰਾਤ ਖੰਡ ਪਾਠ ਚੱਲਦੇ ਨੇ ਸੰਗਤਾਂ ਦਾ ਭਲਾ ਹੁੰਦਾ ਹੈ ਉਹ ਕਹਿਣ ਤੋਂ ਭਾਵ ਕੋਈ ਟਾਲੀ ਦਾ ਦਰਖਤ ਹੋਵੇ ਉੱਥੇ ਮਹਾਰਾਜ ਨੇ ਆਸਣ ਲਿਆ ਇਹ ਟਾਲੀ ਸਾਹਿਬ ਕਿਤੇ ਡੰਡਾ ਗੜ ਦਿੱਤਾ ਇਹ ਡੰਡਾ ਸਾਹਿਬ ਜਿੱਥੇ ਮੇਰਾ ਗੁਰੂ ਬਹਿ ਗਿਆ ਨਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਅੱਜ ਬੈਠੇ ਨੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੋਇਆ ਅੱਜ ਇਹ ਬਣੀ ਨੀ ਵਿਕੁੰਠ ਧਾਮ ਅੱਜ ਉਹ ਜਿੱਥੇ ਲਾ ਲਿਆ ਗੁਰਾਂ ਨੇ ਉਹ ਧਰਤੀ ਵਿਕੁੰਠ ਬਣ ਗਈ ਜਿੱਥੇ ਲਾ ਲਿਆ ਗੁਰਾਂ ਨੇ ਉਹ ਧਰਤੀ ਵਿਕੁੰਠ ਬਣ ਗਈ ਅੱਜ ਇੱਥੇ ਸੰਗਤ ਬੈਠੀ ਹੈ ਇਹ ਤਾਂ ਖੇਤ ਹੋਣਾ ਪਹਿਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਅੱਜ ਵਿਕੁੰਠ ਧਾਮ ਨਹੀਂ ਬਣ ਗਿਆ ਬਣ ਜਾਂਦਾ ਅਤੇ ਗੁਰੂ ਕੀ ਪਿਆਰੀ ਸਾਧ ਸੰਗਤ ਜਿੱਥੇ ਪੰਜਾ ਲਾ ਦਿੱਤਾ ਉਹ ਪੰਜਾ ਸਾਹਿਬ ਬਣ ਗਿਆ ਜਿੱਥੇ ਵੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦਿੱਤੀ ਦਸਾਂ ਜੋਤਾਂ ਨੇ ਮਿਹਰਾਂ ਹੋ ਗਈਆਂ ਕਹਿਣ ਤੋਂ ਭਾਵ ਗੁਰੂ ਕੀ ਪਿਆਰੀ ਸਾਧ ਸੰਗਤ ਜਿੱਥੇ ਗੁਰੂ ਦੀ ਮਿਹਰ ਹੋ ਗਈ ਉੱਥੇ ਮਿਹਰਾਂ ਹੀ ਰਹਿੰਦੀਆਂ ਬਸ ਇਹ ਸਾਖੀਆਂ ਸੁਣਾਉਂਦੇ ਨੇ ਭਾਈ ਵਾਲਾ ਜੀ ਗੁਰੂ ਨਾਨਕ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਵਾਲਾ ਕਹਿੰਦਾ ਮਹਾਰਾਜ ਹੁਣ ਸਮਾਪਤੀ ਕਰਦੇ ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਵਾਲਿਆ ਰੱਜ ਨਹੀਂ ਆਇਆ ਹੁਣ ਜਿਹਦੇ ਨਾਲ ਪਿਆਰ ਹੋਵੇ ਉਹਦੀਆਂ ਗੱਲਾਂ ਸੁਣਾਈ ਜਾਓ ਸੁਣ ਸੁਣ ਕੇ ਰੱਜ ਨਹੀਂ ਆਉਂਦਾ ਜਿਹਦੇ ਨਾਲ ਪਿਆਰ ਹੋਵੇ ਮੇਰੇ ਹਰਪ੍ਰੀਤ ਨੂੰ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਉਹ ਵੀਰ ਕੋਈ ਮੇਰਾ ਐਸਾ ਭਾਈ ਵੀਰ ਮਿੱਤਰ ਹੋਵੇ ਜਿਹੜਾ ਮੈਨੂੰ ਮੇਰੇ ਪਿਆਰੇ ਦੀਆਂ ਗੱਲਾਂ ਸੁਣਾਵੇ ਕਹਿੰਦੇ ਭਾਈ ਵਾਲਿਆ ਹੋਰ ਸੁਣਾ ਕੋਈ ਸਾਖੀ ਕੋਈ ਹੋਰ ਸੁਣਾ ਮੇਰੇ ਗੁਰੂ ਨਾਨਕ ਸਾਹਿਬ ਦਾ ਕੌਤਕ ਸਾਰੀ ਜ਼ਿੰਦਗੀ ਤੂੰ ਤੇ ਭਾਈ ਮਰਦਾਨਾ ਰਹੇ ਕਹਿੰਦਾ ਮਹਾਰਾਜ ਸੁਣਾਵਾਂ ਫਿਰ ਸੁਣਾਉ ਜੀ ਕਹਿੰਦਾ ਮਹਾਰਾਜ ਇੱਕ ਵਾਰੀ ਅਸੀਂ ਮੈਂ ਅਤੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਕਿਤੇ ਦੂਰ ਜੰਗਲਾਂ ਵਿੱਚ ਚਲੇ ਗਏ ਉੱਥੇ ਆਸਣ ਲਾ ਲਿਆ ਸਾਨੂੰ ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ ਭਾਈ ਵਾਲਾ ਮਰਦਾਨਾ ਇਹ ਜੰਗਲ ਬੜਾ ਭਿਆਨਕ ਹੈ ਬਹੁਤ ਖਤਰਨਾਕ ਹੈ ਇੱਥੇ ਵੱਡੇ ਵੱਡੇ ਦੈਂਤ ਰਾਕਸ਼ ਰਹਿੰਦੇ ਨੇ ਕਿਸੇ ਪਾਸੇ ਜਾਣਾ ਨਹੀਂ ਆਪਾਂ ਕਹਿੰਦਾ ਜੀ ਥੋੜ੍ਹੀ ਕੁ ਦੇਰ ਤਾਂ ਅਸੀਂ ਬੈਠੇ ਰਹੇ
ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਤੇ ਭੁੱਖ ਲੱਗ ਗਈ, ਭੁੱਖ ਲੱਗ ਗਈ ਮੈਂ ਤੇ ਪ੍ਰਸ਼ਾਦਾ ਚ। ਮਹਾਰਾਜ ਜੀ ਕਹਿੰਦੇ ਨਹੀਂ ਨਹੀਂ ਜਾਣਾ ਨੀ ਭਾਈ ਕਿਤੇ ਵੀ, ਇਹ ਜੰਗਲ ਬੜਾ ਭਿਆਨਕ ਹੈ। ਕਹਿੰਦਾ ਮਹਾਰਾਜ ਉਹ ਸਾਹਮਣੇ ਤੂੰ ਆ ਨਿਕਲਦਾ, ਮੈਨੂੰ ਲੱਗਦਾ ਉੱਥੇ ਲੰਗਰ ਪੱਕਦਾ ਹੋਣਾ, ਮੈਂ ਤੇ ਚੱਲੇ ਹਾਂ ਬਸ। ਚਲੇ ਗਿਆ ਆਪਣੀ ਮਰਜ਼ੀ ਨਾਲ, ਭਾਈ ਮਰਦਾਨਾ ਰੁੱਸ ਕੇ ਚਲੇ ਗਿਆ। ਫਿਰ ਵੀ ਮਾਤਾ ਪਿਤਾ ਦਿਆਲੂ ਹੁੰਦੇ ਨੇ, ਕਹਿੰਦੇ ਚੰਗਾ ਫਿਰ ਭਾਈ ਮਰਦਾਨਿਆਂ ਜੇ ਲੋੜ ਪਈ ਤਾਂ ਸਾਨੂੰ ਯਾਦ ਕਰ ਲਈ, ਯਾਦ ਕਰ ਲਈ ਜੇ ਤੈਨੂੰ ਲੋੜ ਪਈ। ਭਾਈ ਮਰਦਾਨਾ ਚਲੇ ਗਿਆ, ਉੱਥੇ ਕੌਡਾ ਰਾਕਸ਼ ਰਹਿੰਦਾ ਸੀ, ਕੜਾਹਾ ਰੱਖਿਆ ਹੋਇਆ ਤੇਲ ਉਬਲਦਾ, ਵਿੱਚ ਕੋਈ ਜੀਵ ਜੰਤੂ ਹੱਥ ਆ ਜਾਵੇ, ਕੋਈ ਬੰਦਾ ਆ ਜਾਵੇ, ਉਬਲਦੇ ਕੜਾਹੇ ਵਿੱਚ ਸੁੱਟ ਲੈਂਦਾ ਅਤੇ ਭੁੰਨ ਕੇ ਛਕ ਲੈਂਦਾ। ਹੁਣ ਭਾਈ ਮਰਦਾਨਾ ਗਿਆ ਲੰਗਰ ਛਕਣ, ਕੌਡੇ ਨੇ ਵੇਖਿਆ ਵੀ ਸ਼ਿਕਾਰ 'ਤੇ ਆ ਗਿਆ ਮੇਰਾ, ਫੜ ਲਿਆ ਭਾਈ ਮਰਦਾਨਾ। ਹੁਣ ਮਹਾਰਾਜ ਜੀ ਕਹਿੰਦੇ ਸੀ ਭਾਈ ਮਰਦਾਨਿਆਂ ਯਾਦ ਕਰ ਲਈ, ਭਾਵੇਂ ਬੱਚਾ ਮਾਂ ਬਾਪ ਨੂੰ ਧੱਕੇ ਮਾਰੀ ਜਾਵੇ, ਸਾਧ ਸੰਗਤ ਫਿਰ ਵੀ ਮਾਤਾ ਪਿਤਾ ਓਹੋ ਪਿਆਰ ਹੁੰਦਾ, ਫਿਰ ਵੀ ਉਹ ਬੱਚਿਆਂ ਦਾ ਭਲਾ ਹੀ ਸੋਚਦੇ ਨੇ। ਜਿਸ ਵੇਲੇ ਲੱਗਿਆ ਤੇਲ ਦੇ ਕੜਾਹੇ ਵਿੱਚ ਸੁੱਟਣ, ਤੇ ਗੁਰੂ ਕੀ ਪਿਆਰੀ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਭਾਈ ਵਾਲਿਆ ਚੱਲ ਚੱਲੀਏ ਮਰਦਾਨਾ ਹਾਕਾਂ ਮਾਰਦਾ, ਉਹ ਤੇ ਫਸ ਗਿਆ, ਚੱਲ ਚੱਲੀਏ। ਸਾਧ ਸੰਗਤ ਉਹ ਭਵਾ ਕੇ ਮਾਰਿਆ ਤੇਲ ਦੇ ਬਲਦੇ ਕੜਾਹੇ ਵਿੱਚ, ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜਨ ਪਹੁੰਚ ਗਏ, ਆਪਣੇ ਨੇਤਰਾਂ ਦੀ ਦ੍ਰਿਸ਼ਟੀ ਮਾਰੀ, ਜਿਹੜਾ ਉਬਲਦਾ ਤੇਲ ਸੀ ਉਹ ਠੰਡਾ ਹੋ ਗਿਆ। ਆਖੋ ਸਤਨਾਮ, ਠੰਡਾ ਹੋ ਸਤਿ ਸ੍ਰੀ ਅਕਾਲ। ਉਹ ਠੰਡਾ ਹੋਇਆ ਕਿਵੇਂ? ਜਦੋਂ ਗੁਰੂ ਨੇ ਨਦਰ ਕਰ ਦਿੱਤੀ। ਗੁਰੂ ਤੇ ਸਾਡੇ ਤੇ ਵੀ ਨਦਰ ਕਰਦਾ, ਅਸੀਂ ਹੋਣ ਨਹੀਂ ਦਿੰਦੇ। ਗੁਰੂ ਕਹਿੰਦਾ ਸ਼ਰਾਬ ਪੀਣੀ ਛੱਡ ਦੇ, ਨਦਰ ਮੈਂ ਕਰ ਦਿੰਦਾ, ਅਸੀਂ ਮੰਨਦੇ ਹਾਂ ਕਿਤੇ ਨਾ ਜੀ। ਗੁਰੂ ਕਹਿੰਦਾ ਤੂੰ ਅੰਮ੍ਰਿਤ ਛਕ ਲੈ, ਨਦਰ ਮੈਂ ਕਰ ਦਿੰਦਾ, ਨਾ ਜੀ। ਗੁਰੂ ਕਹਿੰਦਾ ਸੰਗਤ ਵਿੱਚ ਆਇਆ ਕਰ, ਨਦਰ ਤੇਰੇ ਤੇ ਮੈਂ ਕਰ ਦੇਣਾ, ਤੇਰੇ ਕੰਮ ਸਵਾਰ ਤੂੰ ਆਇਆ ਤੇ ਕਰ, ਕਹਿੰਦਾ ਨਾ ਜੀ। ਹੁਣ ਗੁਰੂ ਵਿਚਾਰਾ ਕੀ ਕਰੇ ਇੱਥੇ? ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜੇ ਬਾਂਸ ਵਜਾਈਏ। ਗੁਰੂ ਹੁਣ ਕੀ ਕਰੇ? ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀ ਜਾਂਦੇ ਹਾਂ, ਅੱਜ ਇੱਥੇ ਬੈਠੇ ਕਈ ਵਿਚਾਰੇ ਐਸੇ ਵੀ ਹੋਣੇ ਕੱਲ੍ਹ ਨੂੰ ਸ਼ਾਮ ਨੂੰ ਸ਼ਰਾਬ ਦੇ ਠੇਕੇ ਵੀ ਪਹੁੰਚ ਜਾਣ। ਹੁਣ ਗੁਰੂ ਕੀ ਕਰੇ ਵਿਚਾਰਾ ਦੱਸ? ਹੁਣ ਗੁਰੂ ਨੂੰ ਤਾਂ ਪਤਾ ਹੀ ਆ, ਕੱਲ੍ਹ ਮੈਨੂੰ ਮੱਥੇ ਟੇਕਦਾ ਸੀ, ਅੱਜ ਹੱਥ ਵਿੱਚ ਬੋਤਲ ਚੱਕੀ ਫਿਰਦਾ, ਕੀ ਕਰੇ ਗੁਰੂ ਵਿਚਾਰਾ? ਹੁਣ ਸਾਧ ਸੰਗਤ ਗੁਰੂ ਤੇ ਕਹਿੰਦਾ ਮੈਂ ਨਦਰ ਕਰ ਦਿੰਦਾ ਤੇ ਆਖੇ ਤੇ ਲੱਗਦੇ ਸਹੀ ਮੇਰੇ ਤੋਂ। ਨਦਰ ਗੁਰੂ ਦੀ ਐਸੀ ਹੁੰਦੀ, ਨਦਰ ਦੀ ਮਿਹਰ ਨੇਤਰਾਂ ਦੇ ਨਾਲ, ਗੁਰੂ ਜਦੋਂ ਨਦਰ ਕਰਦਾ ਤੇ ਸਾਧ ਸੰਗਤ ਬੇੜੇ ਪਾਰ ਹੋ ਜਾਂਦੇ। ਗੁਰੂ ਨਾਨਕ ਸਾਹਿਬ ਨੇ ਨਦਰ ਕਰ ਦਿੱਤੀ, ਉਬਲਦਾ ਸੀ ਤੇਲ ਦਾ ਕੜਾਹਾ, ਠੰਡਾ ਹੋ ਗਿਆ। ਮਹਾਰਾਜ ਜੀ ਕਹਿੰਦੇ ਗੱਲ ਸੁਣੋ ਪ੍ਰੇਮੀਆਂ, ਤੇਰਾ ਮਨ ਤਪਸ਼ ਦੇ ਨਾਲ ਤੜਫਦਾ, ਤਪਿਆ ਪਿਆ ਸਾਡਾ ਮਨ ਅੰਦਰੋਂ। ਕਹਿੰਦੇ ਆ ਜਾ ਸੰਗਤ ਵਿੱਚ, ਤੇਰੇ 'ਤੇ ਮੈਂ ਨਦਰ ਕਰ ਦਿੰਦਾ, ਤੇਰਾ ਹਿਰਦਾ ਮੈਂ ਠੰਡਾ ਕਰ ਦੂੰਗਾ। ਆ ਤੇ ਸਹੀ, ਮਾਇਆ ਵਿੱਚ ਬੈਠੇ ਰਹਿੰਦੇ, ਹਰ ਵੇਲੇ ਸੋਚਾਂ ਵਿੱਚ ਪਈ ਰਹਿੰਦੇ, ਹਿਰਦਾ ਸੜੀ ਜਾਂਦਾ, ਤਪੀ ਜਾਂਦਾ, ਤਪੀ ਜਾਂਦਾ। ਮਹਾਰਾਜ ਜੀ ਕਹਿੰਦੇ ਆ ਤੇ ਸਹੀ, ਆਇਆ ਤੇ ਕਰ ਸੰਗਤ ਵਿੱਚ, ਹਿਰਦਾ ਤੇਰਾ ਮੈਂ ਠੰਡਾ ਕਰੂੰ, ਨਦਰ ਕਰ ਦੂੰ, ਆ ਤੇ ਸਹੀ ਤੂੰ। ਸਾਧ ਸੰਗਤ ਜੀ, ਐਸੀ ਗੁਰੂ ਦੀ ਨਦਰ ਹੈ, ਉਹ ਤਾਂ ਤਪ ਤੇ ਕੜਾ ਹੈ ਦੇਵੇ ਠਾਰ ਜੀ, ਅਸੀਂ ਹਾਂ ਨਦਰ ਗੁਰਾਂ ਦੀ, ਉਹ ਤਾਂ ਤਪ ਦੇ ਕੜਾ ਹੈ ਦੇਵੇ ਠਾਰ ਜੀ, ਐਸੀ ਹੈ ਨਦਰ ਗੁਰਾਂ ਦੀ ਬਈ। ਸਾਡੇ
ਇੱਕ ਨਦਰੀ ਨਦਰ ਨਿਹਾਲ, ਉਹ ਤੇ ਨਦਰਾਂ ਦੇ ਨਾਲੇ ਨਿਹਾਲ ਕਰ ਦਿੰਦਾ, ਤਪਦਾ ਕੜਾਹ ਠੰਡਾ ਹੋ ਗਿਆ। ਉਹ ਕੌਡਾ ਰਾਕਸ਼ ਵੇਖਦਾ ਇਹ ਕਿਹੜਾ ਆ ਗਿਆ ਐਡਾ ਬੰਦਗੀ ਵਾਲਾ ਕਿਤੇ। ਕੌਡੇ ਰਾਕਸ਼ ਨੇ ਸ਼ਕਤੀ ਵਿਖਾਈ, ਇੱਕ ਮੀਲ ਤੱਕ ਆਪਣਾ ਸਰੀਰ ਛੱਡ ਦਿੱਤਾ, ਦਰਖਤਾਂ ਨੂੰ ਭੰਨਦਾ ਹੀ ਗਿਆ, ਅਤੇ ਮਹਾਰਾਜ ਨੇ 2 ਮੀਲ ਤੱਕ ਆਪਣਾ ਸਰੀਰ ਛੱਡ ਦਿੱਤਾ। ਅਤੇ ਕੌਡਾ ਵੇਖ ਕੇ ਡਰ ਗਿਆ, ਕਹਿੰਦਾ ਇਹ ਕੌਣ ਆ। ਮਹਾਰਾਜ ਨੇ ਤਾਂ ਆਪਣਾ ਸਰੀਰ ਇਕੱਠਾ ਕਰ ਲਿਆ, ਕੌਡਾ ਫਸ ਗਿਆ ਦਰਖਤਾਂ ਵਿੱਚ, 1 ਮੀਲ ਤੱਕ ਸਰੀਰ ਫਸਿਆ ਰਿਹਾ, ਮਹਾਰਾਜ ਨੇ ਰੋਕ ਦਿੱਤਾ, ਹੁਣ ਤੰਗ ਹੋ ਗਿਆ। ਕਹਿੰਦਾ ਮਹਾਰਾਜ ਤੁਸੀਂ ਕੌਣ ਆ? ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆਂ ਦੱਸ ਦੇ ਇਹਨੂੰ ਕੌਣ ਆ। ਭਾਈ ਮਰਦਾਨਾ ਕਹਿੰਦਾ ਉਹ ਸਾਰੀ ਵਾਰਤਾ ਮਹਾਰਾਜ ਨੇ ਸਮਝਾ ਦਿੱਤੀ ਸੀ। ਕਹਿੰਦਾ ਇਹ ਗੁਰੂ ਨਾਨਕ ਸਾਹਿਬ ਆ ਕਲਯੁਗ ਦੇ ਮਾਲਕ, ਸਾਰਾ ਗਿਆਨ ਕਰਾਇਆ ਪਿਛਲਾ ਕੌਡੇ ਨੂੰ। ਕਹਿੰਦੇ ਕੌਡਿਆ ਤੂੰ ਰਾਜੇ ਜਨਕ ਦਾ ਸੇਵਕ ਸੀ, ਲੰਗਰ ਪਕਾਉਣ ਦੀ ਸੇਵਾ ਕਰਿਆ ਕਰਦਾ ਸੀ ਤੂੰ, ਅਤੇ ਤੈਨੂੰ ਲੰਘ ਗਈ ਭੁੱਖ, ਤੂੰ ਲੰਗਰ ਪਕਾਉਂਦਿਆਂ ਪਕਾਉਂਦਿਆਂ ਵਿੱਚ ਹੀ ਛਕ ਲਿਆ, ਲੰਗਰ ਜੂਠਾ ਕਰ ਦਿੱਤਾ, ਭੋਗ ਲੱਗਣਾ ਸੀ। ਅਤੇ ਰਾਜੇ ਜਨਕ ਨੂੰ ਲੱਗਿਆ ਪਤਾ, ਉਹਨੇ ਤੈਨੂੰ ਪੁੱਛਿਆ ਵੀ ਲੰਗਰ ਕਿਉਂ ਜੂਠਾ ਕਰਿਆ ਤੂੰ, ਤੈਂ ਕਿਹਾ ਜੀ ਮੈਨੂੰ ਭੁੱਖ ਲੱਗ ਗਈ ਸੀ। ਰਾਜੇ ਜਨਕ ਨੇ ਸਹਿ ਸੁਭਾਅ ਕਹਿ ਦਿੱਤਾ, ਫਿਰ ਰਾਕਸ਼ਾਂ ਵਾਲਾ ਇਹ ਕੰਮ ਕੀਤਾ, ਤੂੰ ਬੇਨਤੀ ਕੀਤੀ ਸੀ ਮਹਾਰਾਜ ਮੈਨੂੰ ਸ਼ਰਾਫ ਦੇ ਦਿੱਤਾ, ਤੁਸੀਂ ਮੇਰਾ ਹੁਣ ਆਧਾਰ ਕੌਣ ਕਰੂ? ਫਿਰ ਰਾਜੇ ਜਨਕ ਨੇ ਕਿਹਾ ਸੀ ਕਲਯੁਗ ਦੇ ਮਾਲ ਕੌਣਗੇ? ਗੁਰੂ ਨਾਨਕ ਸਾਹਿਬ, ਉਹ ਤੇਰਾ ਆਧਾਰ ਕਰਨਗੇ। ਕਈ ਵਾਰ ਮੈਂ ਭੈਣਾਂ ਨੂੰ ਬੇਨਤੀ ਕਰਦਾ ਰਹਿੰਦਾ ਵੀ ਲੰਗਰ ਪਕਾਉਂਦੀਆਂ ਗੁਰੂ ਦਾ ਗੱਲਾਂ ਨਾ ਕਰਿਆ ਕਰੋ, ਗੱਲਾਂ ਨਾ ਕਰਿਆ ਕਰੋ, ਇਹ ਗੁਰੂ ਦਾ ਲੰਗਰ ਹੈ। ਕਈ ਭੈਣਾਂ ਕਹਿੰਦੀਆਂ ਬਾਬਾ ਤਾਂ ਬਥੇਰੀਆਂ ਗੱਲਾਂ ਕਰਦਾ ਰਹਿੰਦਾ, ਛੱਡੋ ਪਰ ਗੱਲਾਂ ਕਰੋ, ਨਾਲੇ ਲੰਗਰ ਪਕਾਓ। ਓਹੋ ਇਹ ਪਾਪ ਹੈ, ਫਿਰ ਦੋਸ਼ ਲੱਗਦਾ। ਗੁਰੂ ਦਾ ਲੰਗਰ ਹੈ ਉਹ ਅਰਦਾਸ ਕਰਨੀ ਹੁੰਦੀ ਗ੍ਰੰਥੀ ਸਾਹਿਬ ਜੀ ਨੇ, ਫਿਰ ਭੋਗ ਲੱਗਣਾ। ਜਦੋਂ ਆਪਾਂ ਗੱਲਾਂ ਕਰਦੇ ਮੁੱਖ ਤੋਂ ਲਵ ਡਿੱਗਦੇ ਨੇ, ਅਤੇ ਸਾਧ ਸੰਗਤ ਹੁਕਮ ਦੇ ਘਰੇ ਬੈਠ ਕੇ ਵੀ ਪ੍ਰਸ਼ਾਦਾ ਪਕਾਉਣ ਦਾ ਇਹੀ ਹੈ ਵੀ ਸਤਨਾਮ ਵਾਹਿਗੁਰੂ ਦੇ ਹਿਰਦੇ ਵਿੱਚ ਜਾਪ ਹੋਵੇ, ਫਿਰ ਪ੍ਰਸ਼ਾਦਾ ਪਕਾਈਏ। ਜਿਹੜੀਆਂ ਭੈਣਾਂ ਕਹਿੰਦੀਆਂ ਨੇ ਸਾਡੇ ਬੱਚੇ ਤਾਂ ਆਖੇ ਨਹੀਂ ਲੱਗਦੇ, ਸਾਡੇ ਕਹਿਣ ਦੀ ਲੋੜ ਹੀ ਨਹੀਂ, ਜਦੋਂ ਆਟਾ ਗੁੰਨਦੀਆਂ ਪ੍ਰਸ਼ਾਦਾ ਪਕਾਉਂਦੀਆਂ, ਆਪਣੇ ਹਿਰਦੇ ਵਿੱਚ ਕਿਤੇ ਬਾਣੀ ਪੜ੍ਹਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਉਹ ਪ੍ਰਵੇਸ਼ ਹੋ ਜਾਣਾ ਨਾਮ ਉਹ ਪ੍ਰਸ਼ਾਦਿਆਂ ਵਿੱਚ। ਜਦੋਂ ਤੇਰੇ ਬੱਚੇ ਛਕਣਗੇ ਉਹਨਾਂ ਵਿੱਚ ਆਪੇ ਅਸਰ ਹੋ ਜਾਣਾ, ਉਹ ਮਾਤਾ ਉਹਨਾਂ ਨੇ ਤੈਨੂੰ ਆਪੇ ਮੱਥੇ ਟੇਕਣ ਲੱਗ ਪੈਣਾ ਜਿਹੜੇ ਤੇਰੇ ਆਖੇ ਨਹੀਂ ਲੱਗਦੇ। ਜਦ ਅਸੀਂ ਨਹੀਂ ਗੁਰੂ ਦੇ ਆਖੇ ਲੱਗਦੇ ਤਾਂ ਬੱਚੇ ਸਾਡੇ ਕਾਹਨੂੰ ਲੱਗਣਗੇ? ਕਿਉਂ ਲੱਗਣ ਬਈ? ਉਹ ਗੁਰੂ ਸਾਨੂੰ ਕਹਿੰਦਾ ਅਮਰ ਸ਼ਕਲਾ ਨਹੀਂ ਜੀ, ਫਿਰ ਅਸੀਂ ਕਹਿੰਦੇ ਸਾਡੇ ਬੱਚੇ ਸਾਡੇ ਆਖੇ ਲੱਗ, ਬੱਚਿਆਂ ਨੂੰ ਕੀ ਬੱਚੇ ਕਿਉਂ ਲੱਗਣਗੇ? ਪਹਿਲਾਂ ਆਪ ਆਖੇ ਲੱਗਣਾ ਪਊ ਕਿਸੇ ਦੇ, ਫਿਰ ਸਾਡੇ ਕੋਈ ਆਖੇ ਲੱਗੂ। ਸਾਧ ਸੰਗਤ ਉਹ ਕਿਹਾ ਫਿਰ ਗੁਰੂ ਨਾਨਕ ਸਾਹਿਬ ਆਉਣਗੇ ਕਲਯੁਗ ਦੇ ਮਾਲਕ, ਉਹ ਤੇਰਾ ਆਧਾਰ ਕਰਨਗੇ। ਸਾਧ ਸੰਗਤ ਚਰਨ ਫੜ ਲਏ, ਕਹਿੰਦਾ ਮਹਾਰਾਜ ਤੁਸੀਂ ਆ ਗਏ, ਮੈਂ ਤੇ ਬਹੁਤ ਪਾਪ ਕੀਤੇ ਨੇ, ਬੜੇ ਜੀ ਮਾਰ ਮਾਰ ਕੇ ਮੈਂ ਤੇ ਖਾਈ ਜਾਂਦਾ, ਹੁਣ ਮੇਰਾ ਛੁਟਕਾਰਾ ਕਰ ਦਿਓ। ਉੱਥੇ ਫਿਰ ਕੌਡੇ ਰਾਕਸ਼ ਦਾ ਮਹਾਰਾਜ ਜੀ ਨੇ ਆਧਾਰ ਕਰ ਦਿੱਤਾ, ਆਧਾਰ ਸਾਰ ਸੰਗ ਮੁਕਤੀ ਕਰ ਦਿੱਤੀ। ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਰੂ ਤੇਰੇ, ਪਸ਼ੂ ਪ੍ਰੇਤ ਮੁਗਤ ਕੋ ਉਤਾਰੇ, ਪਾਹਨ ਪਾਰ ਉਤਾਰੇ, ਪਸ਼ੂਆਂ ਨੂੰ, ਮੁਗਧਾਂ ਨੂੰ, ਪੱਥਰਾਂ ਨੂੰ, ਪ੍ਰੇਤਾਂ ਨੂੰ ਉਤਾਰ ਦਿੰਦਾ ਗੁਰੂ ਨਾਨਕ ਸਾਹਿਬ। ਬਈ ਜੇ ਬਚਨ ਮੰਨਿਆ ਜਾਵੇ ਤਾਂ ਹੀ ਹੈ, ਬਚਨ ਤਾਂ ਅਸੀਂ ਮੰਨਣਾ ਹੀ ਨਾ ਹੋਇਆ, ਬਚਨ ਤਾਂ ਮੰਨਦੇ ਹੀ ਨਹੀਂ। ਬਚਨ ਮੰਨਾਂਗੇ ਸੰਤੋਂ ਸਾਗਰ ਪਾਰ ਉਤਰੀਏ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਕਰੀਏ। ਭਾਈ ਵਾਲਾ ਕਹਿੰਦਾ ਮਹਾਰਾਜ ਬਸ ਕਰਾਂ ਹੁਣ ਸਮਾਪਤੀ ਕਰਦੇ ਹਾਂ। ਮਹਾਰਾਜ ਕਹਿੰਦੇ ਭਾਈ ਵਾਲਿਆ ਇੱਕ ਹੋਰ ਸੁਣਾ ਦੇ, ਮੈਨੂੰ ਰੱਜ ਨਹੀਂ ਆਉਂਦਾ ਮੇਰੇ ਪਿਆਰੇ ਪ੍ਰੀਤਮ ਦੀਆਂ ਗੱਲਾਂ ਸੁਣ ਸੁਣ ਕੇ, ਸੁਣਾ ਤੇ ਸਹੀ, ਨਾਲੇ ਮਹਾਰਾਜ ਬਰਾਕ ਕਰੀ ਜਾਂਦੇ। ਕਹਿੰਦੇ ਇੱਕ ਹੋਰ ਸੁਣਾ ਦੇ, ਕਹਿੰਦਾ ਮਹਾਰਾਜ ਸੁਣਾ ਦਿੰਦਾ। ਕਹਿੰਦਾ ਮਹਾਰਾਜ ਮੈਂ ਤੇ ਭਾਈ ਮਰਦਾਨਾ ਨਾਲ ਸਾਡੇ ਗੁਰੂ ਨਾਨਕ ਸਾਹਿਬ ਨੂੰ, ਉਹ ਜਿਹੜਾ ਬਾਬਰ ਸੀ ਬੜੀ ਅੱਤ ਕਰਦਾ ਸੀ ਰਾਜਾ ਬਾਦਸ਼ਾਹ ਸਮੇਂ ਦਾ, ਕਹਿੰਦੇ ਉਹਨੂੰ ਦਰਸ਼ਨ ਦੇ ਦਿੱਤਾ ਗੁਰੂ ਨਾਨਕ ਸਾਹਿਬ ਨੇ, ਉਹ ਤੇ ਸਜਾਵਾਂ ਦਿੰਦਾ ਸੀ ਗੁਰੂ ਨਾਨਕ ਸਾਹਿਬ ਨੂੰ, ਬੜੇ ਯਤਨ ਕੀਤੇ, ਕਦੇ ਚੱਕੀਆਂ ਪੀਸਣ ਲਾ ਦਿੱਤਾ, ਕਦੇ ਕੁਝ ਕਰੇ। ਤੇ ਸਾਧ ਸੰਗਤ ਕਹਿੰਦਾ ਮਹਾਰਾਜ ਫਿਰ ਕਿਰਪਾ ਹੋਈ, ਉਹਦਾ ਯਤਨ ਕੋਈ ਨਾ ਚੱਲਿਆ,
ਕੋਈ ਨਾ ਉਹਦੀ ਗੱਲ ਬਣੀ ਅਤੇ ਉਹਦਾ ਮਾਣ ਮਹਾਰਾਜ ਨੇ ਤੋੜਨਾ ਸੀ, ਜਦੋਂ ਮਾਣ ਤੋੜਿਆ ਉਹਦਾ ਅਤੇ ਚਰਨਾਂ 'ਤੇ ਡਿੱਗ ਪਿਆ। ਗੁਰੂ ਨਾਨਕ ਸਾਹਿਬ ਨੇ ਬਾਬਰ ਦਾ ਤੋੜ ਦਿੱਤਾ ਮਾਣ। ਚਲੋ ਹੁਣ ਸਮਾਂ ਥੋੜ੍ਹਾ, ਮਾਣ ਤੋੜ ਦਿੱਤਾ, ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਮਹਾਰਾਜ ਆ ਜਾਓ ਹੁਣ ਬਹਿ ਜਾਓ, ਮੈਂ ਇੱਥੇ ਸਾਡੀ ਸੇਵਾ ਕਰਨੀ ਹੈ। ਇੱਦਾਂ ਕਰੀਦਾ ਫਿਰ ਜਦੋਂ ਪ੍ਰੇਮ ਪੈਂਦਾ, ਮੈਂ ਜੀ ਸੇਵਾ ਕਰਨੀ ਹੈ। ਮਹਾਰਾਜ ਜੀ ਬਹਿ ਗਏ, ਭਾਈ ਬਾਲਾ ਕਹਿੰਦਾ ਮਹਾਰਾਜ ਮੈਂ ਭਾਈ ਮਰਦਾਨਾ ਅਤੇ ਗੁਰੂ ਨਾਨਕ ਸਾਹਿਬ ਬਹਿ ਗਏ। ਉਹ ਬਾਬਰ ਸਾਡਾ ਸਤਿਕਾਰ ਕਰਨ ਲੱਗਿਆ, ਗੁਰੂ ਨਾਨਕ ਸਾਹਿਬ ਦਾ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ, ਗਲਾਸੀ 'ਚ ਪਾ ਦਿੱਤੀ, ਕਹਿੰਦਾ ਮਹਾਰਾਜ ਪੀਓ ਪੀਓ। ਮਹਾਰਾਜ ਕਹਿੰਦੇ ਕੀ ਹੈ? ਕਹਿੰਦਾ ਜੀ ਇਹ ਨਸ਼ਾ। ਆ ਕਈ ਵਾਰ ਆਪਣੇ ਰਿਸ਼ਤੇਦਾਰ ਘਰਾਂ ਵਿੱਚ ਆਉਂਦੇ ਨੇ, ਉਹ ਚਾਹ ਪਾਣੀ ਬਣਾਓ ਵਧੀਆ, ਮਠਿਆਈ ਦਾ ਲੰਗਰ ਹੋਵੇ, ਕਈ ਤਰ੍ਹਾਂ ਦੇ ਪਦਾਰਥ ਰੱਖ ਦੇਈਦੇ, ਬਹੁਤ ਤਰ੍ਹਾਂ ਤਰ੍ਹਾਂ ਦੀਆਂ ਸੁਗਾਤਾਂ ਰੱਖਦੇ ਹੋ, ਪਰ ਜਿਨ੍ਹਾਂ ਦਾ ਸ਼ਰਾਬ ਦੇ ਨਾਲ ਪ੍ਰੇਮ ਹੋਵੇ ਉਹ ਵਿਚਾਰੇ ਵੇਖੀ ਜਾਣਗੇ, ਭਾਵੇਂ 36 ਪ੍ਰਕਾਰ ਦਾ ਭੋਜਨ ਉਹਨਾਂ ਦੇ ਮੂਹਰੇ ਰੱਖਦੇ, ਉਹਨਾਂ ਦੇ ਮੂੰਹ ਤੋਂ ਸੋਗ ਉਤਰਨਾ ਹੀ ਨਹੀਂ। ਉਹ ਕਹਿਣਗੇ ਕੁਝ ਨਹੀਂ ਯਾਰ, ਸੇਵਾ ਤਾਂ ਇਹਨਾਂ ਨੇ ਕੀਤੀ ਨਹੀਂ, ਸਾਡੀ ਖਾਤਰ 'ਤੇ ਕੀਤੀ ਨਹੀਂ, ਆਹ ਗੱਲ ਕਹਿਣਗੇ। 36 ਪ੍ਰਕਾਰ ਦੇ ਭਾਵੇਂ ਭੋਜਨ ਰੱਖਦੇ, ਉਹਨਾਂ ਦਾ ਮੂੰਹ ਵਿੰਗਾ ਹੀ ਰਹਿਣਾ, ਕਿਤੇ ਸ਼ਰਾਬ ਦੀ ਬੋਤਲ ਰੱਖਦੇ ਜਦੋਂ ਨਾ ਜਾਂਦੀ ਗਲਾਸੀ ਅੰਦਰ। ਲੈ ਬਈ ਹੁਣ ਸੁਣਾ ਗੁਰਮੁਖਾ, ਉਹ ਕੀ ਹਾਲ ਤੇਰੇ ਪਰਿਵਾਰ ਦਾ? ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ, ਹੁਣ ਹੁਣ ਪੁੱਛਣ ਲੱਗਿਆ ਖਬਰ ਸਰ। ਫਿਰ ਖੁਸ਼ੀ ਚੜ੍ਹਦੀ ਹੈ ਸਾਧ ਸੰਗਤ। ਮਹਾਰਾਜ ਜੀ ਕਹਿੰਦੇ ਬਾਬਰਾ ਇਹ ਕੀ ਹੈ? ਕਹਿੰਦਾ ਜੀ ਇਹ ਨਸ਼ਾ। ਕਹਿੰਦੇ ਕਿੰਨੀ ਕੁ ਦੇਰ ਚੜ੍ਹੇਗਾ? ਕਹਿੰਦਾ ਜੀ 2 ਘੰਟੇ ਤਾਂ ਚੜ੍ਹਿਆ ਰਹਿਣਾ ਜੇ ਇੱਕ ਗਲਾਸੀ ਪੀਤੀ। ਕਹਿੰਦਾ ਫਿਰ ਉੱਤਰ ਜਾਣਾ? ਮਹਾਰਾਜ ਜੀ ਕਹਿੰਦੇ ਫਿਰ ਕੀ ਫਾਇਦਾ ਹੋਇਆ? ਕਹਿੰਦਾ ਜੀ 1 ਗਲਾਸੀ ਫਿਰ ਪੀ ਲਿਓ। ਕਹਿੰਦੇ ਫਿਰ? ਕਹਿੰਦਾ ਜੀ 2 ਘੰਟੇ ਫਿਰ ਪਾ ਰਿਹਾ। ਕਹਿੰਦੇ ਫਿਰ? ਕਹਿੰਦਾ ਫਿਰ ਉੱਤਰ ਜਾਣਾ। ਕਹਿੰਦਾ ਜੀ ਫਿਰ ਗਲਾਸੀ। ਮਹਾਰਾਜ ਜੀ ਕਹਿੰਦੇ ਫਿਰ ਉਹ ਇਹ ਤਾਂ ਉਤਾਰ ਚੜ੍ਹਾਉਣ 'ਤੇ ਰਹਾਂਗੇ, ਕਦੀ ਚੜ੍ਹ ਗਿਆ ਨਸ਼ਾ, ਕਦੀ ਉੱਤਰ ਗਿਆ, ਇਸੇ ਕੰਮ 'ਚ ਰਹਾਂਗੇ। ਇਹ ਨਸ਼ਾ ਕਾਹਦਾ ਜਿਹੜਾ ਕਦੀ ਚੜ੍ਹ ਗਿਆ ਅਤੇ ਕਦੀ ਉੱਤਰ ਗਿਆ? ਨਸ਼ਾ ਕਾਹਦਾ? ਓਏ ਬਾਬਰਾ, ਅਸੀਂ ਤਾਂ ਉਹ ਨਸ਼ਾ ਪੀਤਾ ਜਿਹੜਾ ਚੜ੍ਹ ਗਿਆ ਅਤੇ ਮੁੜ ਕੇ ਉਤਰੂ ਨਾ। ਇਹ ਕਿਹੜਾ ਨਸ਼ਾ ਲਈ ਫਿਰਦਾ, ਕਦੇ ਚੜ੍ਹ ਗਿਆ ਕਦੇ ਉੱਤਰ ਗਿਆ? ਮੱਧ ਪੋਸਟ ਅਫੀਮ ਭੰਗ ਉੱਤਰ ਜਾਏ ਪ੍ਰਭਾਤ, ਇਹ ਤਾਂ ਉੱਤਰ ਜਾਂਦਾ ਨਸ਼ਾ, ਇਹ ਕਿਹੜਾ ਲਈ ਫਿਰਦਾ ਤੂੰ? ਉਹ ਆ ਜਾਓ ਤੈਨੂੰ ਨਸ਼ਾ ਦੇ ਵੀਏ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਚੜ੍ਹੀ ਰਹੇ ਦਿਨ ਨਾ, ਉਹ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰ, ਉਹ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ 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 ਉਹ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਬਈ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਉਹ ਚੜ੍ਹੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ ਬਈ ਕੁਮਾਰੀ ਬਈ ਉਹ ਚੜ੍ਹੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ ਉਹ ਪਿਆਰੇ ਜੀ ਪੀ ਲੈ ਤੂੰ ਪਿਆਲਾ ਨਾਮ ਦਾ, ਉਹ ਮੇਰੇ ਪਿਆਰੇ ਤੂੰ ਪਿਆਲਾ ਨਾਮ ਦਾ ਬਈ ਉਹ ਪਿਆਰੇ ਜੀ ਪੀ ਲੈ ਤੂੰ ਪਿਆਲਾ ਨਾਮ ਦਾ।
ਪੀਵੇ ਦਾ ਮਧੂ ਪਿਆਲਾ ਘੱਟ ਘੱਟ ਕਰਦਾ ਪੀਵੇ ਹੂ ਪਿਆਲਾ ਸਾਧ ਸੰਗਤ ਆਪਾਂ ਇਹ ਪੀਣਾ। ਗੁਰੂ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ ਖੰਡੇ ਬਾਟੇ ਦਾ ਅਮਰ ਸਕੇ ਬਖਸ਼ਿਆ ਆਪਾਂ ਨੂੰ ਸਾਰ ਸੰਗਤ ਠਹਿਰੋ ਜਰਕ ਜਕਾਰੇ ਨਾ ਛੱਡੋ ਉਦਾਂ ਸੇਵਾ ਕਰੀ ਚਲੋ। ਸਾਧ ਸੰਗਤ ਕਹਿਣ ਤੋਂ ਭਾਰਤ ਭਾਵ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਦਾਤ ਬਖਸ਼ੀ ਹੈ ਖੰਡੇ ਬਾਟੇ ਦੇ ਅਮਰ ਦੀ ਮੈਨੂੰ ਤੇ ਮਿਲ ਗਿਆ ਸੀ ਸਿਰੋਪਾ ਪਹਿਲੋਂ ਹੀ। ਬੱਚਿਆਂ ਦਾ ਸਤਿਕਾਰ ਕਰ ਦਿਓ ਫਿਰ ਮੇਰੇ ਨਾਲ ਰੁੱਸ ਜਾਣਗੇ ਕਹਿਣਗੇ ਆਪਣੇ ਗਲ 'ਚ ਦੋਹਰੇ ਦੋਹਰੇ ਪਵਾਈ ਜਾਂਦਾ ਸਾਡੇ 'ਚ ਪਾਉਂਦਾ ਹੀ ਨਹੀਂ ਨਾਰਾਜ਼ ਵੀ ਹੋ ਜਾਂਦੇ ਆ ਹੋ ਹੀ ਜਾਂਦਾ ਫਿਰ ਪ੍ਰੇਮ ਵਿੱਚ। ਅਤੇ ਸਾਧ ਸੰਗਤ ਇਹ ਖੰਡੇ ਬਾਟੇ ਦਾ ਅੰਮ੍ਰਿਤ ਸਤਿਗੁਰਾਂ ਨੇ ਬਖਸ਼ਿਆ ਕੋਈ ਵਿਤਕਰਾ ਨਹੀਂ ਰੱਖਿਆ ਕਿਸੇ ਜਾਤ ਪਾਤ ਦਾ ਕੋਈ ਨਹੀਂ ਰੱਖਿਆ। ਖੱਤਰੀ ਬ੍ਰਾਹਮਣ ਸੂਦ ਵੈਸ ਵਿਦੇਸ਼ ਚੌਂ ਵਰਨਾ ਕੋ ਸਾਂਝਾ ਸਾਰਿਆਂ ਦੇ ਬਾਟਾ ਅੰਮ੍ਰਿਤ ਦਾ ਤਿਆਰ ਕੀਤਾ ਗੁਰੂ ਮਹਾਰਾਜ ਜੀ ਨੇ ਕੋਈ ਜਾਤ ਪਾਤ ਦਾ ਨਹੀਂ ਰੱਖਿਆ ਇਹਦੇ ਵਿੱਚ ਫਰਕ। ਇਸ ਕਰਕੇ ਆਪਾਂ ਸਾਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਭਾਈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣਾ ਜਨਮ ਸਫਲਾ ਹੋ ਜੇ। ਕਈ ਵਾਰ ਮੈਂ ਅੱਗੇ ਵੀ ਭੈਣਾਂ ਨੂੰ ਬੇਨਤੀ ਕਰਦਾ ਰਹਿੰਦਾ ਜੇ ਤੁਹਾਡਾ ਜੀ ਨਹੀਂ ਕਰਦਾ ਨਾ ਅੰਮ੍ਰਿਤ ਛਕਣੇ ਨੂੰ ਸ੍ਰੀ ਸਾਹਿਬ ਗਲ ਵਿੱਚ ਪਾਉਣ ਨੂੰ ਜੀ ਨਹੀਂ ਕਰਦਾ ਉਹ ਕਿਤੇ ਦਾਦੀ ਮਾਤਾ ਗੁਜਰ ਕੌਰ ਜੀ ਨੂੰ ਵੇਖ ਲਿਆ ਕਰੋ ਬੈਠੀ ਹੈ ਠੰਡੇ ਵਰਤ ਵਿੱਚ ਲੈ ਕੇ ਪੋਤੇ ਗੋਦ ਵਿੱਚ ਬੈਠੀ ਹੈ